todos os dias. Ó bom e bom mulher do carro, Gil Santo Leque, a companhia da política, e a minha mãe, o senhor do carro. E tinha, mas com o xixi agora, que é uma noção de nada, alguma aprendizagem, não tem de nada, tem de barro, para que eu vi, sai que é isso da minha, bem minuto, era, cara, são de soletar os caras, que um dia está, não vai ter como não me dar. Que
institution of Rabbi Rabbi Pagman is forbidden to pray. Assim,
उस आगे आगे में दे दी यार भैया के मुंडे के ग्राम के बड़े से तो डीवन लीडर और उसको बाद आपका थोड़े बहुत अलियां में जो लीडर आए पर पारे लगा लीडर मैं बहुत खुश होना पड़े लीडर पारे लगा लीडर लीडर पिछली सदी का हो गया नहीं बच्चे जिसने सिक्की नहीं गिरती हुई चाहूं चक्के सिलते डाके पड़े और ध्यान में डिबेट से ध्यान में लड़ने आपने स्कॉलर्स को तो ज्ञान दिन से भी लड़ने आपने से स्कॉलर्स से उन्हें तंदे डिबेट डालने ने जो ज्ञान दिन में उसे भरा और उसके लिए ऐसा नहीं से होता कोई माइंड भी नहीं से करता तो डाली चलने में जी जल्दी से होते गाल से दिल नहीं गाल से इंटरनेट नहीं गाल से आर्टिकल नहीं गाल से एनालिसिस नहीं और दुनिया बैठ कर जी रहा है बस आराम ही बता दे मुझे और उस दिन जो गल की जाती सी वो अपनी गल करते सी वो अपनी गल तो इस को बड़ी थोनो हथवर के बिनती है कि जाने दे उसी को मैं सारे से खाना कर रहा हूं मैं सारे से जाकर कर रहा हूं जाकर से काम कर दी मैं भी मैं तो कह रहा हूं मैं सारे से काम कर रहा हूं विज्ञानी उसी को जो उसी पढ़ा देता ताकि इतिहास ना ऐसा ਉਹ ਤੁਸੀਂ ਉਹਦੇ ਕਰ ਦੋਗੇ ਆਹੀ ਗੱਲ ਹੋਈ ਜਿਵੇਂ ਸਿਲੇਬਸ ਬਦਲ ਮੈਂ ਕਲੀਅਰ ਸਟੇਟਮੈਂਟ ਦੇ ਵਿੱਚ ਕਿ ਤੁਸੀਂ ਗਿਆਨੀ ਸਿੰਘ ਇਸ ਤਰ੍ਹਾਂ ਨੂੰ ਕਰ ਦੋਗੇ ਆਪਣੀ ਕਿਤਾਬਾਂ ਦਾ ਤੁਸੀਂ ਸਿੱਖ ਸਭਾ ਲਹਿਰ ਇਸ ਤਰ੍ਹਾਂ ਵਰਕਸ਼ਾਪ ਕਰ ਦੋਗੇ ਕਿਤਾਬ ਵਿੱਚ ਕਿੰਨੇ ਨੇ ਪੜ੍ਹੇ ਸਿੱਖ ਸਭਾ ਲਹਿਰ ਦਾ ਇਤਿਹਾਸ ਸਿੰਘ ਬੜੀ ਚਲਾਕੀ ਪ੍ਰਭ ਅੱਜ ਬ੍ਰਾਹਮਣ ਆ ਵੀ ਆ ਬਾਦਲ ਦੀ ਸੋਚ ਦੇ ਵਿੱਚ ਔਰ ਕਿਸੇ ਤਰੀਕੇ ਦੇ ਨਾਲ ਅੰਮ੍ਰਿਤ ਦੇ ਤੁਹਾਨੂੰ ਬ੍ਰਾਹਮਣ ਰਾਮਦੇਵ ਕੋ ਬ੍ਰਾਹਮਣ ਦੇ ਕੋ ਸਿਆਸੀ ਤਾਕਤ ਮੈਂ ਹੁਣ ਬੋਲ ਕਰ ਕਹਿ ਸੁਣਾ ਆਪਣੇ ਬਿਲ ਸਾਹਿਬ ਨੇ ਸ਼ੁਰੂਆਤ ਦੇ ਵਿੱਚ ਕਹੀ ਸੀ ਬੜੀ ਮਾਇੂਸੀ ਦੀ ਗੱਲ ਕੀਤੀ ਸੀ ਕਿ ਸਿੱਖਾਂ ਦਾ ਕੋਈ ਲੀਡਰ ਨਹੀਂ ਪੰਜਾਬ ਦਾ ਕੋਈ ਲੀਡਰ ਨਹੀਂ ਪੰਜਾਬ ਦੇ ਵਿੱਚ ਛੋਣ ਵਾਲਾ ਨਹੀਂ ਮੈਂ ਇਹਨਾਂ ਨੂੰ ਇੱਕ ਸਵਾਲ ਹੋਊਗਾ ਮੇਰੇ ਬਹੁਤ ਪੁੱਤਰ ਆ ਦੋ ਅਗਲਾ ਪਿਛਲਾ 2 ਤਰੀਕ ਨੂੰ ਅਪ੍ਰੈਲ ਕਿੱਡਾ ਬੜਾ ਬੰਦ ਹੋਇਆ ਸਾਰੇ ਹਿੰਦੁਸਤਾਨ ਦੇ ਵਿੱਚ ਕਿਹਨੇ ਕਰਾ ਕੌਣ ਵੀ ਕਿਸ ਦੱਸੋ ਕੋਈ ਵੀ ਲੀਡਰ ਨਹੀਂ ਸੀ ਕਿਸੇ ਨੇ ਨਹੀਂ ਕੋਈ ਕੌਣ ਦਿੱਤੀ ਮਾਫ ਕਰਨਾ ਜਿਹੜੇ ਆਏ ਫਰਦੀ ਬੰਦੇ ਉਹਨਾਂ ਨੇ ਜਦੋਂ ਦੇਖਿਆ ਐਡਾ ਬੜਾ ਬਾਹਰ ਸਾਰੇ ਹਿੰਦੁਸਤਾਨ ਦੇ ਵਿੱਚ ਇੱਕ ਵੱਡੇ ਬਹੁਤ ਵੱਡੇ ਪਰਗ ਦੇ ਵਿੱਚ ਆ ਚੁੱਕਾ ਬਾਹਰ ਦੇ ਵਿੱਚ ਸਟੇਟਮੈਂਟ ਆ ਮਾਫ ਕਰ ਮਾਇਆਵਤੀ ਦੀ ਵੀ ਬਾਤ ਦੇ ਵਿੱਚ ਆਈ ਜਿਹੜੇ ਮੈਂਬਰ ਪਾਰਲੀਮੈਂਟ ਇਸ ਵਰਗ ਦੇ ਜਿਹੜੇ ਬੀਜੇਪੀ ਕਮੇਟੀ ਦੇ ਉਹਨਾਂ ਨੇ ਸਟੇਟਮੈਂਟ ਆ ਮਾਰਤਾ ਉਹ ਰੋਕ ਕਰੇ ਕਿ ਉਸੀ ਮਗਰ ਮੰਚ ਦੇ ਤੌਸ ਪਰ ਇਸ ਵਰਗ ਦੇ ਲੋਕਾਂ ਨੂੰ ਦਾਅ ਦੇ ਨਾਲ ਸਿਰ ਚੜਾ ਕਿ ਉਹ ਦਾਅ ਲੋਕ ਸੀ ਇੱਕ ਬਹੁਤ ਬੜੀ ਗੱਲ ਹੈ ਬੜੇ ਵੱਡੇ ਥਿੰਕਰ ਦੀ ਗੱਲ ਕਹੀ ਹੋਈ ਹੈ ਕਿ ਕੌਣ ਨੇ ਮੈਨੂੰ ਦਲ ਲੀਡਰਸ਼ਿਪ ਦੀ ਗੱਲ ਸਾਹਮਣੇ ਸ਼ੁਰੂ ਕੀਤੀ ਥੋੜਾ ਮੇਰੇ ਬਹੁਤ ਪਿੰਟ ਕੀਤੀ ਹੈ ਲੀਡਰ ਉਹ ਹੁੰਦਾ ਜੋ ਲੋਕਾਂ ਦੇ ਪਿੱਛੇ ਲੱਗ ਜਾਵੇ ਲੀਡਰ ਉਹ ਹੀ ਹੁੰਦਾ ਜੋ ਲੋਕਾਂ ਦੇ ਪਿੱਛੇ ਲੱਗ ਜਾਵੇ ਸਮੱਸਿਆ ਵੀ ਹੈ ਜਿਹੜੀ ਸਮੱਸਿਆ ਹੈ ਉਸ ਦੇ ਲੋਕ ਨੂੰ ਜਾਗਰੂਕ ਹੋ ਜਾਣਗੇ ਤਾਂ ਲੀਡਰ ਆਪੇ ਹੀ ਪੈਦਾ ਹੋ ਜਾਣਗੇ ਕੌਣ ਪੈਦਾ ਕਰਦੀ ਹੈ ਲੋਕ ਜਾਗਰੂਕ ਹੁੰਦੇ ਆ ਲੋਕ ਬਾਰ ਬਾਰ ਰੈਵੋਲੂਸ਼ਨ ਦੁਨੀਆਂ ਦੇ ਕਰ ਰਹੇ ਆ ਫ੍ਰੈਂਚ ਰੈਵੋਲੂਸ਼ਨ ਦਾ ਕਿਹੜਾ ਲੀਡਰਸ਼ਿਪ ਨਾਉਂ ਦਾ ਕਿਸੇ ਕੋਲ ਨਹੀਂ ਥਿੰਕਰਸ ਵੀ ਪਹਿਲਾਂ ਸੋਚ ਵਿਚਾਰ ਦਿੱਤੀ ਤੇ ਫਿਰ ਤੁਸੀਂ ਉਹਨਾਂ ਨੇ ਸੋਚ ਵਿਚਾਰ ਦਿੱਤੀ ਬਹੁਤ ਸਾਰਾ ਪ੍ਰੋਪੇਗੈਂਡਾ ਕੀਤਾ ਬਹੁਤ ਸਾਰਾ ਲਿਟਰੇਚਰ ਦਿੱਤਾ ਲੀਡਰ ਜਿਹੜਾ ਫ੍ਰੈਂਚ ਰੈਵੋਲੂਸ਼ਨ ਦਾ ਕੋਈ ਨਹੀਂ ਉਹਨੇ ਦੁਨੀਆ ਦੇ ਵਿੱਚ ਪ੍ਰਭਾਵ ਪਾ ਲਿਆ ਮੈਨੂੰ ਦੱਸੋ ਰੈਵੋਲੂਸ਼ਨ ਦਾ ਲੀਡਰ ਦੱਸੋ ਕਿਹੜਾ ਸੀ ਬਾਅਦ ਉਸ ਵਾਲੇ ਨਾਲ ਆ ਗਿਆ ਬਾਅਦ ਲੈਨਿਨ ਆ ਗਿਆ ਲੇਕਿਨ ਉਸ ਵੇਲੇ ਜਿਹੜੇ ਜਿਹੜੇ ਦੁਨੀਆ ਦੇ ਵਿੱਚ ਰੈਵੋਲੂਸ਼ਨ ਆਉਂਦੇ ਆ ਮਾਫ ਕਰਨਾ ਉਸ ਵੇਲੇ ਉਹਨਾਂ ਦਾ ਲੀਡਰ ਨਹੀਂ ਹੁੰਦਾ ਕਿਉਂਕਿ ਉਸ ਵੇਲੇ ਜਾਗਰੂਕ ਜਿਹੜੀ ਕੌਮ ਹੈ ਉਹ ਖੜਦੀ ਹੈ ਕਿਸੇ ਸਿਧਾਂਤ ਦੇ ਜਿਹੜਾ ਉਹਨਾਂ ਨਾਲ ਹੋਇਆ ਬੰਦੇ ਦਾ ਆਦਰ ਉਹ ਸਾਹ ਮੰਗਦੇ ਆਓ ਮੇਰੇ ਕੋਲ ਸਾਹ ਮੰਗੋ ਆਪਣੇ ਹੁਕਮਰਾਨਾਂ ਤੋਂ ਤੋ ਇਸ ਕਿਲੇ ਕੋਈ ਰੈਵੋਲੂਸ਼ਨ ਜਿਹੜਾ ਹੁੰਦਾ ਉਹਦੇ ਲੀਡਰ ਕੋਈ ਲੜਾਈ ਦੇ ਕੋਈ ਸੀ ਕਿਹੜੀ ਜਗ੍ਹਾ ਸੀ ਕਿਹੜੀ ਫੌਜ ਸੀ ਕਿਹੜਾ ਹਥਿਆਰ ਸੀ ਕਿਹੜੇ ਸਾਧਨ ਸੀ ਵਿਚਾਰ ਕਰਨਾ ਸੀ ਲੋਕਾਂ ਨੂੰ ਜਾਗਰੂਕ ਕਰਨਾ ਸੀ ਤੋ ਅਖੀਰ ਦੇ ਵਿੱਚ ਪੰਜ ਹੀ ਨਿਕਲੇ 240 ਸਾਲ ਤੋਂ ਬਾਅਦ 6 ਮਹੀਨੇ ਨਿਕਲੇ ਪੰਜਾਬ ਤੋਂ ਤਿੰਨ ਜਿਹੜੇ ਗੱਲ ਬਣਦੇ ਸੀ ਇੱਥੇ
थोड़े बड़ा हजार ही ना कलंदा ना उसी पहलू आई हो माफ करना पाप नाटक मैदर पहलू आई हो उसने कलंदे जिली तलवार ने मार मगरी के रेवोल्यूशन की नींद इनका मेरे से कॉन्शियसनेस पैदा की है जो डिप्राइव्ड है कि नाम से तो गुरु अगले पास की कह रहा जिन्ही ने विचार तारा धक्के के दिल्ली जाने वोट समझाने जाते उन्हें बच्ची लीडर विचार तारा देने की लीडरशिप पर जिस्मानी लीडरशिप नहीं जिस्मानी ने लास्ट बैठी है प्रकाश के पास लास्ट बैठी है अमरिंदर सिंह समझे एक गर्ल सुकून को त्याग है एक गर्ल सुकून को त्याग है कि भाई मैं अपना थोड़ी बदला बदली हो रही है जनरल जी तेरे पीछे की चीज है जब मनाने को मिटा दोगे ਤਾਂ ਮਤਲਬ ਨੀਚਾ ਹੁੰਦਾ ਨੀਚਾ ਦਾ ਪਾਣੀ ਆ ਰਿਹਾ ਬਸ ਇਹ ਵਿਚਾਰ ਬਦਲ ਦਾ ਇੱਕ ਬਹੁਤ ਵੱਡੀ ਸਟ੍ਰੈਟਜੀ ਹੈ ਦੁਨੀਆ ਦੇ ਵਿੱਚ ਤਿੰਨ ਚੀਜ਼ਾਂ ਨਾਲ ਸਮਾਜ ਬਦਲਦਾ ਮਾਰ ਇੱਕ ਹੁੰਦਾ ਹੈਗਾ ਇਤਿਹਾਸ ਦੀ ਇੰਟਰਪ੍ਰੀਟੇਸ਼ਨ ਦੂਸਰੀ ਹੁੰਦੀ ਹੈ ਵਿਕਾਸ ਦੀ ਇੰਟਰਪ੍ਰੀਟੇਸ਼ਨ ਤੀਸਰੀ ਹੁੰਦੀ ਹੈ ਦੁਆਰਾ ਦੀ ਤੋ ਇਹ ਇੱਕ ਛੋਟੀ ਗੱਲ ਨਹੀਂ ਹੈ ਉਹਨਾਂ ਦੀ ਜਿਵੇਂ ਇਹਨਾਂ ਨੇ ਦੱਸਿਆ ਉਸੇ ਗੱਲ ਨੂੰ ਸਿੱਖੀ ਦੀ ਵਿਚਾਰ ਦਾ ਕਨਫਲਿਕਟ ਅਸੀਂ ਜੋ ਇੱਕ ਦੂਜੇ ਨੂੰ ਟਕਰਾਉਂਦੇ ਆ ਡਿਸਿਮਿਲਰਿਟੀ ਨਹੀਂ ਹੈ ਥੋੜਾ ਬਹੁਤ ਅੰਤਰ ਨਹੀਂ ਹੈ ਜੇ ਉਹ ਬੋਲਦੇ ਹੋ ਨਾ ਅਸੀਂ ਬੋਲਦੇ ਹਾਂ ਤੋੜਨ ਵਾਲੇ ਜੇ ਉਹ ਵਰਣ ਆਸ਼ਰਮ ਨੂੰ ਅੰਕਾ ਮੰਨਣ ਵਾਲੇ ਆ ਅਸੀਂ ਵਰਣ ਆਸ਼ਰਮ ਨੂੰ ਤੋੜਨ ਵਾਲੇ ਅਸੀਂ ਸਾਡੇ ਗੁਰੂਆਂ ਨੇ ਇਸੇ ਗੱਲ ਦੀ ਕੀਤੀ ਇੰਸਟੀਟਿਊਸ਼ਨ ਬਣਾਇਆ ਕਿਰਪਾਨ ਦਿੱਤੀ ਰੋਸਲੀ ਨਹੀਂ ਦਿੱਤੀ ਵਾਰ ਨਹੀਂ ਦਿੱਤੀ ਕਿਰਪਾਨ ਦਿੱਤੀ ਔਰ ਫਿਰ ਕਿੱਡੀ ਵੱਡੇ ਰੈਵੋਲੂਸ਼ਨ ਦਾ ਉਸ ਵੇਲੇ ਉਹਨਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਗੋਬਿੰਦ ਰਾਏ ਦਾ ਦੋਸਤ ਸਿੰਘ ਬਣਾਓ ਇਹਨਾਂ ਨੂੰ ਕਹਿ ਦਿੱਤਾ ਨੂੰ ਔਰ ਉਹਨਾਂ ਦਾ ਰੁੱਖਾ ਮੇਰਾ ਨੂੰ ਦਿੱਤਾ ਉਹ ਆਪ ਕੀ ਹੈ ਕਿੰਨੀ ਵੱਡੀ ਗੱਲ ਕਿੰਨੀ ਵੱਡੀ ਰੈਵੋਲੂਸ਼ਨ ਛੋਟੀ ਗੱਲ ਹੋਵੇ ਮੈਂ ਇਹਨਾਂ ਨੂੰ ਪਿਛਲੀ ਵਾਰ ਬੇਨਤੀ ਕੀਤੀ ਸੀ ਮੈਂ ਕਿਹਾ ਜਿਵੇਂ ਸਾਡੀ ਜਿਹੜੀ ਮੂਵਮੈਂਟ ਅਸੀਂ ਬਣਾਉਣ ਲੱਗੇ ਹਾਂ ਇਹ ਦਲਤ ਦੀਆਂ ਤੋਂ ਬਗੈਰ ਉਸ ਦੀ ਸਕਦੀ ਚੱਲ ਨਹੀਂ ਸੀ ਚੱਲ ਹੀ ਮੈਂ ਬੈਠੇ ਤੇ ਬੱਤੀਆਂ ਮੀਟਿੰਗ ਦੇ ਉੱਤੇ ਬੈਠ ਗਏ ਮੈਂ ਕਿਹਾ ਬੱਚਾ ਕਹਿੰਦਾ ਬੈਠਾ ਬੈਠਾ ਮੈਨੂੰ ਬਾਅਦ ਪਤਾ ਲੱਗਿਆ ਵੀ ਇਹ ਤਾਂ
ਜਿਆਦਾ ਵੀ ਕਿੰਨੇ ਸੋਹਣੇ ਕੱਪੜੇ ਪਾਏ ਗਏ ਨੇ, ਇੰਨਾ ਸਕੂਲ ਸੋਹਣਾ ਉਹਦੇ ਤਿੰਨ ਤਿੰਨ ਚਾਰ ਚਾਰ ਮੇਰੇ ਉੱਤੇ ਕਰਦੇ ਸੁਣਾਈਆਂ ਗਈਆਂ ਤੇ ਮੇਰਾ ਕੀ ਹੋਊ ਤੁਸੀਂ ਸੱਚ ਸਭ ਤੋਂ ਵੱਧ ਸੀਗੇ
Çok maddesi geldim. Geçenmiş o kördeyi geldim. Dışarıyı geldim. O kadar sıfayet eden bir olaydan ya. İyi, bu kadar masala var. Bence bir bade. Lekor da bayır ayırlar, bu bayıya sarmıyorlar. Bak o sıfayeli. Ben sanırım ben sadan ne yaptı, kartör ne yaptı, kadın ne yaptı, kadın yedi karakter seviye. Yine de ben de ben değil karakter çoğuna. Bir krizis, benden o bir bedel var. Derin beden var rehe, kovam derin beden de sov rehe. Bade bade işi bide de, immediately, roz cev raja karna lagiyan de. ਕਦੇ ਕੋਈ ਪਿਆਰ ਦੇਣਾ ਨਹੀਂ ਹੈ ਅੱਗੇ ਕੋਈ ਪਿਆਰ ਨਾ ਦੇਵੇ ਨਾਲ ਖਾਸ ਨਾਲ ਦੇਦੇ ਸੀ ਉਹਨਾਂ ਦਾ ਹੋਰ ਵੀ ਪਤਾ ਨਹੀਂ ਸੌ ਵੀ ਆਪਣੇ ਨਹੀਂ ਹੋਵੇ ਸਿਰਫ ਪੈਸੋਂ ਦੇ ਹੁੰਦਾ ਜਿੱਦਾਂ ਹੋਰ ਕੁਛ ਨਹੀਂ ਹੁੰਦਾ ਕੋਈ ਪਤਾ ਨਹੀਂ ਮੇਰੇ ਕਹਿਣ ਤੋਂ ਮਾਸਟਰ ਇਹ ਆ ਵੀ ਜਿਹੜੀ ਗਿਰਾਵਟ ਆਈ ਆ ਸਾਡੇ 'ਚ ਇਹ ਉਹ ਔਖੀ ਹੈ ਲੱਭਣੀ ਇਹਦਾ ਕਾਰਨ ਕੀ ਦਿਸ਼ਾ ਤਾਂ ਹਰ ਇੱਕ ਦਾਦੂ ਜੀਦੇ ਆ ਜਿਸਾ ਤਾਂ ਸਿਚੁਏਸ਼ਨ ਅਖਬਾਰ ਵਾਲੇ ਪਾਇਆ ਅਖਬਾਰ ਲਿਖਿਆ ਪਈਆਂ ਹਰਮੇਰ ਸਿੰਘ ਹਰ ਰੋਜ਼ ਦੱਸੀ ਜਾਂਦਾ ਉਹ ਬਾਹਰ ਕੇ ਰੁਕ ਜਾਂਦੇ ਮੈਨੂੰ ਵੀ ਕਹਿੰਦਾ ਵੀ ਉਹਦਾ ਦੱਸਦੇ ਹੁਣ ਬਾਹਰ ਦੱਸੋ ਵੀ ਦੱਸੋ ਇੱਕ ਆਦਮੀ ਕੀ ਦੱਸ ਸਕਦਾ ਜੇ ਮੈਂ ਦੱਸਾਂ ਜਿਹੜੀ ਗੱਲ ਮੈਂ ਕਰਦਾ ਹੋਵਾਂ ਜਾਂ ਕਰ ਸਕਦਾ ਹੋਵਾਂ ਤਾਂ ਮੈਨੂੰ ਉਹ ਉਮਰ ਕਰਨੀ ਚਾਹੀਦੀ ਗੱਲ ਬਹੁਤ ਵੱਡੀ ਆ ਮੈਂ ਕਦੇ ਦੇ ਵਿੱਚ ਜਿਹੜੀ ਗੱਲ ਕਹਿਣਾ ਚਾਹੁੰਦਾ ਥੋੜ੍ਹੀ ਜਿਹੀ ਫਿਰ ਵੀ ਮੈਂ ਅੱਜ ਮੈਂ ਤੁਹਾਡੇ ਆਪਾਂ ਥੋੜ੍ਹੇ ਬੰਦੇ ਆ ਜੇ ਕੋਈ ਗੱਲ ਤੋਰੇ ਉਸ ਸਮੇਂ ਬੰਦੇ ਮੈਨੂੰ ਕੀ ਵੀ ਗੱਲ ਮੈਂ ਇਹਦੇ 'ਚ ਆਹ ਗੱਲ ਕਹਿ ਦੇਵਾਂ ਉਹ ਮੈਂ ਕਹਿ ਦੂੰਗਾ ਇੱਕ ਗੱਲ ਨਹੀਂ ਕਹਿਣੀ ਚਾਹੁੰਦਾ ਪਿੱਛੇ ਜੀ ਉਹਨਾਂ ਨੇ ਵੀ ਗੱਲ ਪੁਰਾਣੀ ਕੋ ਗੱਲ ਉਹ ਇੱਥੇ ਹੀ ਆ ਵੀ ਸਿੱਖ ਕੌਮ ਆ ਜਿਹੜੀ ਲੀਡਰਲੈਸ ਹਿਸਟਰੀ ਦੇ ਪੀਰੀਅਡ ਦੇ ਵਿੱਚ ਪਿੱਛੇ ਤੋਂ ਲੈ ਕੇ ਹੁਣ ਤੱਕ ਜਿੰਨਾ ਮੈਂ ਪੜ੍ਹਿਆ ਜਾਂ ਜਿੰਨਾ ਅੱਜ ਤੱਕ ਹਾਲਾਤ ਆਪਾਂ ਦੇਖਦੇ ਹਾਂ ਜਿੰਨੇ ਕੌਮ ਲੀਡਰਲੈਸ ਹੋਣਾ ਇੰਨੀ ਕਦੇ ਵੀ ਨਹੀਂ ਸੀ ਨਾ ਸਾਡਾ ਅਕਾਲ ਤਖਤ ਨਾ ਸਾਡਾ ਪੋਲੀਟੀਕਲ ਗਰੁੱਪ ਨਾ ਕੋਈ ਸਾਰੇ ਕੋਈ ਜਿਹੜੀ ਪੰਥ ਦਾ ਕੋਈ ਨਾਂ ਲੈ ਲਓ ਜੀ ਪੀ ਸੀ ਲੈ ਲਓ ਕੋਈ ਸੰਸਥਾ ਦਾ ਨਾਂ ਲੈ ਲਓ ਕਿਸੇ ਵਿਅਕਤੀ ਦਾ ਨਾਂ ਲੈ ਲਓ ਮੈਨੂੰ ਕੋਈ ਦੀਦਾ ਨਹੀਂ ਹੈ ਅਰੇ ਮੈਂ ਉਹਦੇ ਦਾਅਵੇ ਨਾਲ ਕਦੇ ਪਹਿਲਾਂ ਹੁੰਦਾ ਮੇਰੀ ਇੰਟਰਵਿਊ ਹੋਈ ਸੀਗੀ ਲਈ ਸਵੇਰ ਦਰਸ਼ਕ ਨੇ ਅੱਗੇ ਵੀ ਸ਼ਾਇਦ ਦੱਸਿਆ ਹੋਇਆ ਮੈਂ ਉਹਨੂੰ ਕਿਹਾ ਸੀਗਾ ਵੀ ਮੈਨੂੰ ਇੱਕ ਬੰਦੇ ਦਾ ਨਾਂ ਲੈ ਲੈ ਇੱਕ ਬੰਦੇ ਦਾ ਜਿਹੜਾ ਕੁਛ ਕੰਟਰੀਬਿਊਟ ਕਰ ਸਕਦਾ ਮੈਂ ਕਹਿੰਦਾ ਜਿਹੜਾ ਇਸੇ ਫੀਲਡ ਦੇ ਵਿੱਚ ਕੰਮ ਕਰਦੇ ਹਾਂ ਜਿਹੜਾ ਵੀ ਮੈਨੂੰ ਤਾਂ ਉਹ ਦੀਦਾ ਨਹੀਂ ਹੈ ਉਹ ਅੱਜ ਮੈਂ ਫਿਰ ਕਹਿ ਪਿੱਛੇ ਹੈ ਤਾਂ ਰੜਕਦਾ ਕਿਉਂ ਨਹੀਂ ਪਿੰਡਾਂ ਨੂੰ ਵੀਰੇ ਬਣਾਇਆ ਸੀ ਹਾਲਾਤ ਹੁੰਦੇ ਆ ਹਾਲਾਤ ਦੇ ਵਿੱਚ ਲੀਡਰ ਵੀ ਬਣਦੇ ਆ ਅੱਜ ਜਿੰਨੇ ਹਾਲਾਤ ਹੋ ਗਏ ਨੇ ਕੁਛ ਹੋ ਜਾਵੇ ਹੋਰ ਤਾਂ ਹੋ ਸਕਦਾ ਕੋਈ ਸਿੱਖਾਂ ਤੋਂ ਬਿਨਾਂ ਸੜਕਾਂ 'ਤੇ ਆ ਜਾਣਗੇ ਹੁਣ ਜਿਹੜੇ ਸੜਕਾਂ 'ਤੇ ਆਏ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਵੀ ਐਲ ਵੀ ਲਏ ਉਹਨਾਂ 'ਚ ਵੀ ਕਿੰਨੀ ਕਨਫਿਊਜ਼ਨ ਡਿਸਰਪਸ਼ਨ ਪੈਦਾ ਹੋਈ ਸਾਰੇ ਬੰਦੇ ਨੂੰ ਪਤਾ ਕਿ ਉਹਨਾਂ ਨੇ ਕਿਹਨੇ ਕੀਤੀ ਅਸੀਂ ਆਪਣੀ ਰਿਪੋਰਟ ਬਾਈ ਨੇ ਸੁਖਵੀਰ ਦਾ ਗਾਉਂ ਅਤੇ ਡੀ ਜੀ ਪੀ ਸਿੰਘ ਦਾ ਬੰਦਾ ਹੋਇਆ ਉਹ ਸਾਰੇ ਭੇਜੀ ਹੈ ਉਹਦਾ ਕੋਈ ਮਤਲਬ ਦੇਗਾ ਕੋਈ ਗੱਲ ਨਹੀਂ ਕਰਦਾ ਕੋਈ ਕੋਈ ਵੀ ਦੱਸ ਦੋ ਵੀ ਮੈਂ ਤਾਂ ਇੱਕ ਰਿਪੋਰਟ 'ਚ ਦੇ ਦੀ ਇਹਨਾਂ ਨੂੰ ਬੜਾ ਕਹਿੰਦਾ ਜਿੰਨੀ ਮੇਰੀ ਸੁਣਤ ਅਸੀਂ ਹਿੰਮਤ ਕੀਤੀ ਜਿੰਨੀ ਕੋਈ ਲੰਬੀ ਗੱਲ ਸੀ ਉਹ ਬਾਈ ਨੇ ਲਿਖਦੇ ਔਰ ਬਹੁਤ ਚੰਗੇ ਚੰਗੇ ਬੰਦਨ ਭੇਜੀ ਹੋਈ ਹੈ ਹਾਈ ਕੋਰਟ ਸੁਪਰੀਮ ਕੋਰਟ ਤੱਕ ਭੇਜੀ ਹੈ ਬੰਦੇ ਜਿਹਨਾਂ ਸੰਗਤਾਂ ਨੂੰ ਉਹਨੂੰ ਭੇਜੀ ਹੋਈ ਹੈ ਮੈਨੂੰ ਨਹੀਂ ਲੱਗਦਾ ਉਹ ਟੈਬਲ ਕਰਨ ਦੇ ਦੋ ਬੰਦੇ ਮਾਰੇ ਨੇ ਉਹ ਗਿਆਰਾਂ ਜਾਣੇ ਘੁੰਮੀ ਜਾਂਦੇ ਆ ਉਹਦੇ ਦੇ ਵੀ ਪੱਕੇ ਨਿਸ਼ਾਨ ਅਸੀਂ ਕਿਸੇ ਨੇ ਨਹੀਂ ਕੀਤੀ ਨਾ ਕੋਈ ਉਸ ਤੋਂ ਗੱਲ ਕਰ ਸਕਦੀ ਕਹਿਣ ਤੋਂ ਬਾਬਤ ਇਹ ਆ ਵੀ ਆਪਾਂ ਨੂੰ ਹੁਣ ਜਿਹੜੀ ਵਿਚਾਰ ਕਰਨੀ ਚਾਹੀਦੀ ਆ ਆਪਾਂ ਨੂੰ ਕੋਈ ਆਹ ਜਿਵੇਂ ਹਰ ਵਜੇ ਵੀਡੀਓ ਭਰੀ ਜਾਂਦੇ ਕੋਲੋਂ ਕੋਈ ਪੁਰਾਣੀਆਂ ਗੱਲਾਂ ਦਸ ਦਸ ਪਤਾ ਨਹੀਂ ਨਾ ਵੀ ਪਤਾ ਹੋਣ ਇਹ ਕੌਣ ਚੰਗਾ ਬੰਦਾ ਉਹਦੀ ਨਿਸ਼ਾਨ
ਕੋਈ ਗਰੁੱਪ ਹੋਵੇ, ਕੋਈ ਸੰਸਥਾ ਹੋਵੇ, ਆਪਾਂ ਉਹਨੂੰ ਵਿੱਚ ਇਨਵੋਲਵ ਕਰੀ। ਜੇ ਆਪਾਂ ਇਹ ਹਿੰਮਤ ਰੱਖਦੇ ਹਾਂ ਵੀ ਆਪਾਂ ਵੀ ਰੱਖਦਾ ਵੀ ਸਾਨੂੰ ਇਹ ਗੱਲ ਪਹਿਲੀ ਗੱਲ ਜੋ ਹੈ ਕੁਛ ਪਹਿਲੀ ਗੱਲ ਪਹਿਲਾਂ ਹੋਈ ਆ ਵੀ ਕੌਣ ਹੁੰਦਾ ਜੇ ਆਪਾਂ ਨਿਸ਼ਾਨਦੇਹੀ ਕਰੀਏ ਗਰੁੱਪ ਦੇ ਵੀ ਨਾ ਗੱਲ ਹੋ ਸਕਦੀ। ਮੈਂ ਜਿਹੜੀ ਸੁਜੈਸਟ ਕਰਨਾ ਚਾਹੁੰਦਾ ਜਿਹੜੀ ਮੈਂ ਪਿੱਛੇ ਜਿਹੇ ਜਥੇਬੰਦਕ ਤੌਰ 'ਤੇ ਅਪਲਾਈ ਵੀ ਕੀਤੀ ਹੈ ਕਾਫੀ ਜਗ੍ਹਾ ਦੇ ਉੱਤੇ ਵੀ ਚਾਹੇ ਤਾਂ ਭੰਗ ਦਾ ਇਸ਼ੂ ਸੀਗਾ, ਚਾਹੇ ਪਾਣੀ ਦਾ ਇਸ਼ੂ ਸੀਗਾ, ਚਾਹੇ ਕੋਈ ਦਵਿੰਦਰਪਾਲ ਢੋਲਰ ਦਾ ਮਸਲਾ ਸੀਗਾ, ਚਾਹੇ ਕਿਸੇ ਹੋਰ ਦਾ ਸੀਗਾ। ਜਦੋਂ ਕੋਈ ਨਹੀਂ ਸਿਰਫ ਪੜਦਾ ਹੁੰਦਾ ਤਾਂ IHR ਹੋਰ ਆਰ ਪਾਰਟੀ ਮੀਟਿੰਗ ਬੁਲਾ ਕੇ ਸਾਰੇ ਬੰਦੇ ਬੁਲਾ ਦਿੰਦੇ, ਸਾਡੇ ਕਹਿ ਕੇ ਆ ਵੀ ਜਾਂਦੇ ਸੀ, ਕਿਉਂਕਿ ਲੋਕਾਂ 'ਚ ਜਾਣ ਸੀ ਤਾਂ ਆਉਂਦੇ ਸੀਗੇ। ਸਾਡੇ ਤਾਂ ਕੋਈ ਜਾਣ ਨਹੀਂ, ਅਸੀਂ ਤਾਂ ਬੁਲਾਉਣ ਵਾਲੇ ਸੀਗੇ, ਕਿਉਂਕਿ ਜਿੱਥੇ ਬੰਦੇ ਹਿਊਮਨ ਦੋ ਚਾਰ ਦਸ ਬੰਦੇ ਦਾ ਹੋ ਸਕਦਾ ਉਹ ਲੀਡਰ ਨਹੀਂ ਗਏ। ਹੁਣ ਜਦੋਂ ਲੀਡਰ ਨੂੰ ਇਕੱਠੇ ਕਰਕੇ ਸਮਰੱਥਾ ਰੱਖਦੇ ਹੋਈਏ, ਤਾਂ ਮੈਂ ਕਹਿਣਾ ਹੁੰਦਾ ਸੀ ਵੀ ਕਈ ਵਾਰ ਮੈਂ ਕਹਿੰਦਾ ਸੀ ਵੀ ਅਕਾਲ ਤਖ਼ਤ ਦੇ ਬਣਾਏ ਤੇ ਲਾਉਂਦੇ ਨੇ ਲੋਕ ਸਾਡੇ ਵੇਲੇ ਦੇ ਆ ਜਾਂਦੇ ਸੀ, ਕਾਰਨ ਸੀ ਉਹਦਾ ਕਾਰਨ ਸੀ ਵੀ ਅਕਾਲ ਤਖ਼ਤ ਇੱਕ ਧਿਰ ਦੇਣਾ ਸੀਗਾ ਉਹਨਾਂ ਬੰਦਿਆਂ ਦੇ ਜਿਹੜੇ ਜਿਹੜੇ ਬੱਬੂ ਦੇ ਸਾਹਿਬ ਸੀ। ਇਹ ਮੈਂ ਸਹੀ ਕਹਿ ਰਿਹਾ, ਮੈਂ ਬੱਬਰ ਨੂੰ ਟੈਲੀਫੋਨ ਕੀਤਾ, ਮੇਰੇ ਕੋਲ ਸਾਰੀ ਫਲਾਸ ਪੁੱਛਦੇ ਹੋਏ ਜਿਹੜੇ ਜਿਹੜੇ ਬੰਦੇ ਪੱਗ ਦੇ ਛੂਤੇ ਆਏ ਸੀਗੇ ਮੇਰੇ ਦਫ਼ਤਰ ਆ ਕੇ, ਕਹਿੰਦੇ ਜੀ ਤੁਸੀਂ ਕੋਸ਼ਿਸ਼ ਕਰਦੇ ਸਾਡੀ ਮਦਦ ਨਹੀਂ ਕਰਦੇ, ਤੁਹਾਡਾ ਵਾਸਤਾ ਮੱਕੜ ਤੁਸੀਂ ਬੱਕਰ ਤੇ ਕਰੋ ਬੱਕਰ ਕਰ ਸਕਦੇ। ਮੈਂ ਬੱਕਰ ਨੂੰ ਬੈਠੀ ਟੈਲੀਫੋਨ ਕੀਤਾ, ਬਗੈਰ ਗੱਲ ਸੁਣੋ ਸਾਨੂੰ ਤਾਂ ਗਾਲਾਂ ਕੱਢ ਕੇ ਹੋ ਜਾਂਦੇ ਆ, ਕਾਲ ਤੱਕ ਤੋਂ ਬੁਲਾ ਕੇ ਦੇਖਦੇ ਵੀ ਤੂੰ ਮੀਟਿੰਗ ਰੱਖ ਬੰਦੇ ਸਾਰੇ ਬੁਲਾ ਲੈ ਵੀ ਆਪਾਂ ਮੈਂ ਉੱਥੇ ਆ ਸਾਰੇ ਦਿਨ ਬੈਠਾ ਉਹ ਮੀਟਿੰਗ ਬੇਨਤੀ ਬੁਲਾਈ ਸਾਰੇ ਬੰਦੇ ਆਏ ਸਾਰੇ ਬੰਦੇ ਆਏ। ਉਹ ਮਸਲਾ ਚਲੋ ਕਿਸੇ ਹੱਦ ਤੱਕ ਚੱਲ ਪਾਉਂਦਾ ਹੈ, ਜਿਵੇਂ ਉਹ ਤੱਕ ਆਪਣੇ ਆਪ ਹੀ ਜੋਰ ਹੈ ਚੱਲ ਹੁੰਦਾ ਹੈ, ਪਤਾ ਹੋਣਾ ਚਾਹੀਦਾ ਸਰ, ਨਹੀਂ ਪਤਾ ਤਾਂ ਫਿਰ ਸਾਰਾ ਰਿਕਾਰਡ ਹੈਗਾ। ਕਹਿਣਾ ਮੇਰਾ ਮਤਲਬ ਇਹ ਹੈ ਵੀ ਹੁਣ ਸਾਡੀ ਜਿੱਥੇ ਬੰਦੀ ਸ਼੍ਰੀ ਇਹ ਸਮਰੱਥਾ ਨਹੀਂ ਹੈ, ਪਰ ਇਹਦੀ ਅਸੀਂ ਭੱਜਦੇ ਹਾਂ ਇਸ ਗੱਲ ਤੋਂ ਜੇ ਕੋਈ ਰਲ ਮਿਲ ਕੇ ਐਪਾਂ ਨੂੰ ਲੱਗੇ। ਮੈਂ ਤਾਂ ਆਪਣੀ ਇਗਜ਼ਾਮਪਲ ਦੱਸਿਆ ਨਾ, ਆਪਾਂ ਜਿਹੜਾ ਕੀਤਾ ਸੀਗਾ ਇਵੇਂ ਪਾਣੀ ਦਾ ਮਸਲਾ ਸੀਗਾ, ਸਾਰੇ ਪੰਥ ਨੂੰ ਬਣਾ ਲਿਆ ਟੋਟਲ, ਸਾਰੇ ਪੰਥ ਨੇ ਕਹਿੰਦਾ ਵੀ ਅਸੀਂ ਅਸਰ ਕਰੇ ਸ਼ੁਰੂ ਕਰੇ, ਚੰਗਾ ਹੋਇਆ ਮਾੜਾ ਹੋਇਆ ਪਾਣੀ ਵਾਲਾ ਮਸਲਾ ਮੈਂ ਕਹਿੰਦਾ ਸੀਗਾ। ਉਹ ਸਾਰੀਆਂ ਪਾਰਟੀਆਂ BJP ਆਏ ਜੋ ਅਸੀਂ ਪਾਸ ਕੀਤਾ ਉਹ ਸਹਿਮਤੀ ਕਰਕੇ ਗਏ, ਉਹ ਗੱਲ ਹੈ। ਮੈਂ ਦੱਸਣ ਦਾ ਮਤਲਬ ਇਹ ਆ ਵੀ ਤਾਂ ਮੈਂ ਉਹਨੂੰ ਵੀ ਤਾਂ ਦੱਸਾਂ ਜੇ ਮੈਂ ਉਹ ਕਰ ਸਕਦਾ ਹਾਂ, ਉਹਦੇ ਲਈ ਆਪਾਂ ਨੂੰ ਮੈਂ ਭੱਜਦਾ ਨਹੀਂ ਹੈ, ਮੈਂ ਫਿਰ ਵੀ ਕਹੂੰਗਾ ਬਜਟ 'ਚ ਮਰਜ਼ੀ ਲਾ ਦੇ ਮੈਨੂੰ, ਪਰ ਆਪਾਂ ਨੂੰ ਨਿਸ਼ਾਨ ਨਹੀਂ ਕਰੇ ਇਹ ਕੌਣ ਗੱਲ ਕਰ ਸਕਦਾ। ਅਕਾਲ ਤਖ਼ਤ ਦੀ ਸਰਪ੍ਰਸਤੀ ਕਹੇ ਨੂੰ ਆ ਜਿਹੜੇ ਕਾਰਜ ਨੇ ਉਹਨਾਂ 'ਚ ਕੋਈ ਕੋਈ ਨੇੜੇ ਨੇੜੇ ਵਾਲੀ ਗੱਲ ਹੈ, ਅਕਾਲ ਤਖ਼ਤ ਜਥੇਦਾਰ ਦਾ ਆਪਦੇ ਸਿਰ ਸੁਆਹ ਪੈਂਦੀ ਹੈ, ਉਹਦੀ ਕੋਈ ਵੀ ਗੱਲ ਕਰਦੇ ਹੋ ਸਿੱਖਾਂ ਦੇ ਮਗਰਾਂ ਨਹੀਂ ਹੁੰਦੇ ਕਿਹੜਾ ਲੱਗਿਆ ਹੋਇਆ, ਯਾਨੀ ਇੰਨਾ ਦਿਨ ਹਾਰ ਆ ਚੁੱਕਿਆ ਹੈ। ਔਰ ਉੱਥੇ ਲੋਕ ਸੌ ਸਾਲ ਕਿੱਡਾ ਕਿੱਡਾ ਕੰਮ ਕੀਤਾ ਹੋਇਆ ਤੁਹਾਡੇ ਸਾਹਮਣੇ, ਸਤਵੰਦ ਦੇ ਡਰ ਤੇ ਦੇਖ ਕੇ ਹਿਲਾ ਦੇਖ ਕੇ ਉਹਨਾਂ ਨੇ ਕਾਰਨਾਮੇ ਕੀਤੇ ਆ, ਬੜੇ ਪੁਰਾਣੀ ਹਿਸਟਰੀ ਆ ਸਾਰੇ ਜਾਣਦੇ ਆ। ਉਹ ਦੱਸੋ ਵੀ ਇਹਦਾ ਕੀ ਹੱਲ ਹੈ, ਮੈਨੂੰ ਤਾਂ ਕੋਈ ਦੀਨਾ ਨਹੀਂ ਹੈ, ਮੈਂ ਫਿਰ ਵੀ ਦੱਸੂਗਾ, ਮੈਂ ਤੁਹਾਨੂੰ ਥੋੜ੍ਹੇ ਆਰਾਮ ਦੱਸਦਾ ਵੀ ਕੋਈ ਦੀਨਾ ਨਹੀਂ ਹੈ ਮੈਨੂੰ ਉਸ ਲੈਵਲ 'ਤੇ ਜਿਹਨੂੰ ਮੈਂ ਕਹਿ ਦੇਵਾਂ ਵੀ ਐਂ ਕਰਾਂ, ਜੇ ਵੀ ਲਿਖੋਗਾ ਜਿਹਦੇ ਮੈਂ ਨਹੀਂ ਕਰਦਾ ਭਾਸ਼ਣ ਚਲੇ ਜਾਵਾਂਗੇ
ਤੇ ਉਹ ਗਾਹ ਕੁਛ ਨਹੀਂ ਹੋਣਾ। ਅੱਜ ਤਾਂ ਆਪਾਂ ਦੇਖ ਹੀ ਰਹੇ ਵੀ ਅੱਗੇ ਤੋਂ ਆਦਤ ਵੀ ਘੱਟ ਗਿਆ ਇਹਦਾ, ਇਹਦਾ ਮਤਲਬ ਟ੍ਰੈਸ ਲੂਜ ਕੀਤਾ ਲੋਕਾਂ ਨੇ। ਉਹ ਹੁਣ ਜੇ ਆਪਾਂ ਗਾਹ ਮੀਟਿੰਗ ਹੋਵੇ ਕੋਈ ਇਹੋ ਜਿਹੀ ਹੋਵੇ, ਆਪਾਂ ਜੇ ਕਿਸੇ ਸੈਮੀਨਾਰ 'ਤੇ ਅਸੀਂ ਜਦ ਵੀ ਕੋਈ ਸੈਮੀਨਾਰ ਕੀਤਾ ਕੋਈ ਫੰਕਸ਼ਨ ਕੀਤਾ ਉਹਦਾ ਸਾਡਾ ਸਭ ਪਹਿਲਾਂ ਪਤਾ ਹੁੰਦਾ ਸੀ ਕੀ ਨੂੰ ਵੀ ਤਿਆਰ ਹੁੰਦਾ ਸੀ। ਮਤਈ ਪਹਿਲਾਂ ਦੇਖੇ ਹੁੰਦੇ ਸੀ, ਲਫ਼ ਲਫ਼ ਜਿਹੜਾ ਹੁੰਦਾ ਸੀਗਾ ਪਾਸ ਹੁੰਦਾ ਸੀ, ਕਿਉਂਕਿ ਲੋਕਾਂ ਦੀ ਭਾਵਨਾ ਦੀ ਤਰਜਮਾਨੀ ਕਰਦਾ ਹੁੰਦਾ ਜਿਹੜਾ ਅਸੀਂ ਦੇਖਦੇ ਸੀ, ਸਾਡਾ ਡਿਜੀ ਨਹੀਂ ਸੀ ਹੁੰਦਾ ਤਾਂ ਪਾਸ ਹੁੰਦਾ ਸੀ। ਸਾਰੀਆਂ ਪਾਰਟੀਆਂ ਐਗਰੀ ਕਰਦੇ ਸੀਗੀਆਂ ਆਰ ਪੀ ਸੀ ਬਾਰੇ ਫੈਕਸ਼ਨ ਵੀ ਆਏ ਵਿੱਚ, ਪਰ ਉਹ ਗੱਲਾਂ ਦੇ ਜਿਹੜੇ ਅਸੀਂ ਇਸ਼ੂ ਲੈਂਦੇ ਸੀਗੇ ਉਹਦੇ ਸਹਿਮਤੀ ਪ੍ਰਗਟ ਕਰਕੇ ਜਾਂਦੇ। ਇਹ ਆਪਾਂ ਨੂੰ ਇੱਕ ਇਸ਼ੂ ਵੀ ਹੋ ਸਕਦਾ ਜੇ ਆਪਾਂ ਲੀਡਰਸ਼ਿਪ ਵੀ ਨਾ ਜਾਈਏ, ਇਸ਼ੂ ਹੋ ਸਕਦਾ ਇਸ਼ੂ ਤੁਸੀਂ ਕੋਈ ਨਾ ਕੋਈ ਇਸ਼ੂ ਤਾਂ ਇੱਥੇ ਪਾਇਆ ਖਰਾਬਾ ਹੀ ਇਹਦਾ ਹੋਇਆ ਪਿਆ, ਪਰ ਉਹ ਡਿਸਕਸ ਨਹੀਂ ਕਰਨਾ ਚਾਹੁੰਦੇ। ਮੈਂ ਵੀ ਉਹਦੇ ਵਿੱਚ ਹਾਂ, ਉਹ ਡਿਸਕਸ ਤਾਂ ਨਹੀਂ ਕਰਨਾ ਚਾਹੁੰਦੇ ਕਿਉਂਕਿ ਤੂੰ ਕੀ ਕਰਦਾ ਹੋਵੇ, ਤੂੰ ਕੀ ਕਰਦਾ ਜਾਂ ਤੁਸੀਂ ਕੀ ਕੀਤਾ, ਇਹ ਆਪਾਂ ਨੂੰ ਫੈਕਟ ਮੰਨ ਲੈਣੇ ਚਾਹੀਦੇ। ਜੇ ਕੋਈ ਹਿੰਮਤ ਕਰਦਾ ਵੀ ਹੈ ਉਹ ਆਪਣਾ ਹੱਦ ਕਰੂਗਾ, ਫਾਇਦਾ ਨਹੀਂ ਕਰਦਾ ਸ਼ਾਇਦ ਉਹ ਜਦਿਦਾਰ ਜਜ਼ਬਾਤ 'ਚ ਆ ਕੇ ਇਹੋ ਜਿਹਾ ਕੁਛ ਕਰੇ ਉਹ ਪੱਤ ਦੇ ਅਨੁਸਾਰ ਹੁੰਦਾ ਹੋਵੇ, ਕਿਉਂਕਿ ਬਹੁਤ ਵੀਡੀਓ ਹੁੰਦੀਆਂ ਨੇ ਪਤਾ ਫੋਨ ਕਰ ਮਾੜੀ ਨਹੀਂ ਕੋਈ ਗੱਲ ਕਰਦਾ ਵੀਡੀਓ ਹੁੰਦੀਆਂ ਧੜਾ ਧੜ 50% ਮੰਨ ਕਰ ਵੀਡੀਓ ਹੁੰਦੀਆਂ ਜਿਹੜਾ ਪਾਤਮਾ ਮੈਂ ਉਹਨੂੰ ਸਮਝਦਾ ਕਿ ਇਹ ਤਾਂ ਪੱਤ ਦਾ ਜੋਸ਼ ਨਿਕਲ। ਜੇ ਤੁਸੀਂ ਗਾਣੇ ਕੱਢਣੀਆਂ ਜਾਂ ਤੁਸੀਂ ਲੜਾਈਆਂ ਵੀ ਹੋਈਆਂ ਸਿੱਖਾਂ ਦੀਆਂ ਜਾਂ ਉਹ ਇਹ ਜ਼ਿਆਦਾ ਕੁਛ ਨਹੀਂ, ਉਹਦੇ ਨਾਲ ਆਪਾਂ ਜੇ ਉਹਨੂੰ ਪ੍ਰਮੋਟ ਕਰਦੇ ਹਾਂ ਲੋਕਾਂ 'ਚ, ਚਾਹੇ ਹਿੰਦੂ ਤਾਂ ਬਹੁਤ ਖੁਸ਼ ਹੁੰਦਾ ਹਰ ਰਾਜਾ ਰੱਖੇ ਏਜੰਸੀ ਦਾ ਏਜੰਡਾ ਵੀ ਜਿੰਨੇ ਸਾਰੇ ਮਿਨੋਰਟੀ ਨੇ ਜਿਹੜੀਆਂ ਲੜਦਾ ਬੱਚੇ ਇਹਨਾਂ ਦੇ ਜਿਹੜੇ ਲੀਡਰ ਨੇ ਉਸੇ ਪਰਚੇਜ਼ ਕਰ ਲਈਏ ਇਹ ਦੋਨੋਂ ਦਾ ਏਜੰਡਾ, ਅਸੀਂ ਫਿਰ ਉਹਨਾਂ ਦੇ ਏਜੰਡੇ 'ਤੇ ਕੰਮ ਕਰਦੇ ਹੋਣ ਉਹਦਾ ਤਾਂ ਫਾਇਦਾ। ਲੀਡਰਸ਼ਿਪ ਹੈ ਜਿਹੜਾ ਮੇਰਾ ਵਿਊ ਇਹ ਹੈ ਜਿਹੜਾ ਅੱਜ ਰੈਲੀਵੈਂਟ ਟੋਪਿਕ ਵਾਲਾ ਹੈਗਾ ਜਿਹੜਾ ਮੈਂ ਦੱਸਣਾ ਚਾਹੁੰਦਾ ਕਿ ਆਪਾਂ ਨੂੰ ਕੋਈ ਫਰੰਟ ਇਹੋ ਜਿਹਾ ਨਹੀਂ ਹੈ ਜਿਹੜਾ ਹਾਥ ਮਾਰੇ ਸਾਰੇ ਬੰਦੇ ਆਜਣ। ਅੱਗੇ ਅਸੀਂ ਕਰਦੇ ਰਹੇ ਹੁਣ ਮੇਰੀ ਹਿੰਮਤ ਨਹੀਂ ਹੈ ਕੰਟੀਨਿਊਸ ਮਿਲਿਆ ਵੀ ਸਾਰੇ ਆਜਣ ਗਏ, ਕਿਉਂ ਉਹਨਾਂ 'ਚ ਜ਼ਿਆਦਾ ਨਹੀਂ ਹੈ ਕੋਈ ਤੈਰ। ਅਸੀਂ ਜਿਹੜੇ ਕੰਮ ਕਰਨ ਲੱਗੇ ਸੀਗੇ ਉਸ 'ਚ ਸਾਰੇ ਲੱਗੇ ਬੈਨ ਜ਼ਿਆਦਾ ਦੂਰ ਹੋ ਗਏ, ਸਾਰੇ ਲੱਗਿਆ ਸ਼ਹੀਦ ਹੋ ਗਏ ਲੋਕ ਜਿਹਨੇ ਭਿੰਡਰਾਂ ਦੇ ਲੋਕ ਨੇ ਸੁਣਿਆ ਉਹ ਵੀ ਸ਼ਰਤਾਂ ਦੇ ਫੋਟੋ ਦੇ ਉੱਪਰ ਡਰ ਲੱਗ ਗਏ ਵੀ ਫੋਟੋ ਉਹਨਾਂ ਦਾ ਖਾ ਜਾਓ ਕਿਤੇ ਕਿਸੇ ਨੂੰ ਭਿੰਡਰਾਂ ਦੀ ਫੋਟੋ ਵੀ ਇਸ ਦੇ ਸ਼ੁਰੂਆਤ 'ਤੇ ਸੀਗੀ ਉਹ ਬਣਾ ਦਿੰਦੇ ਉਹ ਜੇ ਹੈਗੀ ਹੈ ਤਾਂ ਨੈਗੇਟਿਵ ਇੱਥੇ ਤਾਂ ਜੇ ਰੁਪਿੰਡਾ ਬਣਾ ਕੋਈ ਪੋਸਟਰ ਲੱਗਦਾ ਉਹਨੂੰ ਫੜ ਕੇ ਮਾਰ ਵੀ ਸਕਦਾ ਕੁਛ ਕਰੀ ਜਾਂਦਾ ਇਹ ਲਾਭ ਹੋਈ। ਪਰ ਜਿੰਨੇ ਵੀ ਇਸ਼ੂ ਨੇ ਕੋਈ ਇਸ਼ੂ ਲੈ ਲਓ ਉਹ ਇਹੋ ਜਿਹੇ ਇਸ਼ੂ ਹੋਵੇ ਤਾਂ ਸਭ ਨੂੰ ਟੱਚ ਕਰਦਾ ਉਹਦੇ ਲਈ ਕੌਣ ਇਕੱਠੇ ਕਰੇ ਇਹ ਕੁਐਸਚਨ ਵੀ ਆਪਾਂ ਜੇ ਲੱਭ ਲਈਏ, ਕਿਉਂਕਿ ਇਸ਼ੂ ਤਾਂ ਸਾਰਿਆਂ ਨੂੰ ਪਤਾ ਹੀ ਨਹੀਂ ਹੋ ਕਿਹੜੇ ਕਿਹੜੇ ਇਸ਼ੂ ਕਰ ਸਕਦੇ। ਮੈਂ ਸਮਝਦਾ ਵੀ ਜਿਹੜੇ ਹਲਕਾ ਫੁਲਕਾ ਪਰ ਸਰ ਪ੍ਰਮਾਣ ਜੀ ਤਾਂ ਕੋਈ ਵੀ ਤੁਕਾ ਤੂੰ ਕਰ ਹੀ ਨਹੀਂ ਸਕਦਾ ਉਹ ਗੁਰੂ ਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਮੀ ਆ, ਜਿੰਨੀ ਜਲਾਲਤ ਸਿੱਖਾਂ ਦੇ ਪੰਜਾਬ 'ਚ ਹੋਇਆ ਹੋਵੇ ਅਕਾਲੀਆਂ ਦੀ ਸਰਕਾਰ ਹੋਵੇ ਸ਼ਰਮ ਹੋਇਆ ਹੋਵੇ ਲੋਕਾਂ ਨੂੰ ਪਤਾ ਹੋਵੇ ਵੀ ਕੌਣ ਕਰਾਉਂਦਾ ਕਿਹਨੂੰ ਨਹੀਂ ਪਤਾ ਮੈਨੂੰ ਦੱਸੋ, ਜਿਹਨੂੰ ਨਹੀਂ ਪਤਾ ਮੈਂ ਹੁਣ ਦੱਸਦਾ ਵੀ ਕੀ ਹੋਇਆ ਮੇਰੇ ਕੋਲ ਕਦੀ ਰਿਪੋਰਟ ਕਦੀ ਕਦੇ ਲੱਭ ਗਿਆ ਸਾਰੇ ਨੂੰ ਪਤਾ ਉਸ ਇਸ਼ੂ ਨੇ ਦੱਸੋ ਆਪਾਂ ਨੇ ਕਿਹਨੇ ਕਿਸੇ ਨੇ ਕੀ ਕੀਤਾ। ਇਹ ਇਸ਼ੂ ਨੂੰ ਤੁਸੀਂ ਕੋਈ ਰਲ ਮਿਲ ਕੇ ਇਕੱਠਾ ਚੈੱਕ ਕਰੋ ਤਾਂ ਇਹ ਬਹੁਤ ਵੱਡਾ ਇਸ਼ੂ ਆ ਜਿਹਦੇ 'ਤੇ ਕੋਈ ਹਿੰਦੂ ਵੀ ਨੇ ਜਿਹੜੇ ਥੋੜ੍ਹੇ ਠੀਕ ਨੇ ਹੱਥ ਵਿਚਾਲੇ ਜਿਹੇ ਵੀ ਹੈਗੇ ਆ ਸੈਰ ਤਾਰੀ ਕਰੋ ਕੁਛ ਕਰੋ ਦਰਦ ਦੇ ਬਾਰੇ ਕਹਿ ਲਓ ਪੰਜਾਬੀ ਦੇ ਨਾਂ 'ਤੇ ਕਹਿ ਲਓ ਘੱਟੋ ਘੱਟ ਆਪਾਂ ਨਹੀਂ ਕਰੋ ਪਰ ਗੁਰੂ ਗ੍ਰੰਥ ਸਾਹਿਬ ਜੀ ਅਤੇ ਲੰਗਰ ਦੀ ਇੰਨੀ ਮਸ਼ਹੂਰੀ ਹੋ ਚੁੱਕੀ ਹੈ ਦੁਨੀਆਂ ਭਰ 'ਚ ਅਸੀਂ ਨਹੀਂ ਕੀਤੀ ਰਾਤ ਨੇ ਅਤੇ ਬਾਹਰਲੇ ਸਿੱਖਾਂ ਨੇ ਕੀਤੀ ਹੈ ਉਹਦੇ ਨਾਲ ਸਿੱਖੀ ਪ੍ਰਮੋਸ਼ਨ ਬਹੁਤ ਵੀ ਸਿੱਖੀ
ਅਸੀਂ ਉਹਨੂੰ ਚੈਨਲਾਈਜ਼ ਨਹੀਂ ਕਰ ਸਕਦੇ। ਫਿਰ ਓਬਾਮਾ ਆ ਕੇ ਸਾਡੇ ਲਈ ਇੰਨਾ ਕੁਛ ਕਹਿ ਕੇ ਗਿਆ, ਉਹ ਇੰਡੀਆ ਇੰਨਾ ਨਹੀਂ ਕਹਿ ਕੇ ਗਿਆ, ਆਹ ਵੀ ਪ੍ਰੈਜੀਡੈਂਟ ਇੰਨਾ ਨਹੀਂ ਕਹਿ ਕੇ ਗਿਆ ਜਿਹੜਾ ਕੈਨੇਡਾ ਦਾ ਐਕਸਰ ਪ੍ਰਾਈਮ ਮਿਨਿਸਟਰ ਜਿਹਨਾਂ ਓਬਾਮਾ ਕਹਿ ਕੇ ਗਿਆ ਸੀ, ਉੱਡੀ ਬੜੀ ਗੱਲ ਕਹਿ ਕੇ ਗਿਆ ਸੀ ਵੀ ਜੇ ਤੁਸੀਂ ਬਣਾਓ ਵੀ ਨੇ ਜਿਹੜੇ ਤੁਹਾਡੇ ਖਾਸ ਤੌਰ 'ਤੇ ਸਿੱਖ, ਜੇ ਤੁਸੀਂ ਉਹਨਾਂ ਨਾਲ ਨਹੀਂ ਬਣਾ ਸਕਦੇ ਤਾਂ ਅਸੀਂ ਤੁਹਾਡੇ ਨਾਲ ਕੋਈ ਐਗਰੀਮੈਂਟ ਵੀ ਤੁਹਾਡਾ ਸਮਝੀ ਨਹੀਂ ਕਰਾਂਗੇ। ਕਿੱਥੇ ਗਿਆ ਉਹ ਪਤਾ ਨਹੀਂ, ਮੈਂ ਗੌਰ ਇਹਨਾਂ ਨੂੰ ਨਹੀਂ ਕਹਿ ਸਕਦਾ, ਇੱਕ ਸਟੂਡੈਂਟ ਬੱਚੇ ਨੂੰ ਬੁਲਾ ਕੇ ਆਪਣੀ ਗੱਲ ਕਹਿ ਗਿਆ, ਉਹ ਗੱਲ ਉਹਨਾਂ ਨੇ ਕਿੰਨਾ ਜ਼ੋਰ ਲਾਇਆ ਹੋਣਾ ਅਵਾਮੀ ਨੂੰ ਨੌਕਰੀ ਕਰਨ ਖਾਤਰ ਸਾਰਾ ਕੁਛ ਬਹੁਤ ਗਿਆ। ਇੱਥੇ ਉਹਨੂੰ ਬਹੁਤ ਕੈਰੀ ਕਰਨ ਵਾਲਾ ਹੈ, ਕੋਈ ਬੰਦਾ ਆਪ ਵਾਲੇ ਜਿਹੜੇ ਬਾਹਰਲੇ ਬੰਦੇ ਆ ਮਾੜੇ ਨਹੀਂ ਹੈਗੇ, ਸਾਰੇ ਸਾਰੀਆਂ ਪੋਲੀਟੀਕਲ ਪਾਰਟੀਆਂ ਚੰਗੀਆਂ ਮਾੜੀਆਂ ਸਾਰੇ ਹਿਊਮਨ ਰਾਈਟਸ ਡਾਕਟਰ ਸਾਰੇ ਇੰਟਲੈਕਚੁਅਲ ਸਾਰੇ ਸਕਾਲਰ ਦੀ ਜਿਹੜੀ ਕੰਟਰੀਬਿਊਸ਼ਨ ਉਹ ਬਾਹਰ ਕਰਵਾਉਂਦੇ ਆ, ਸਾਰਾ ਖਰਚਾ ਉਹ ਵੀ ਕਰਦੇ ਆ। ਇੱਥੇ ਵੀ ਗੱਲ ਸੁਣ ਕੇ ਵਾਲਿਆਂ ਨੂੰ ਕਿਤੇ ਗੁਰਜੁਆਂ ਨੂੰ ਵੀ ਮਦਦ ਉਹ ਕਰਦੇ ਆ, ਜਿਹੜੇ ਪੋਲੀਟਿਕਸ ਲਾਉਂਦੇ ਆ ਕਿਸੇ ਪਾਰਟੀ 'ਚ ਉਹਨਾਂ ਨੂੰ ਪੈਸੇ ਹੋ ਦਿੰਦੇ ਆ, ਉਹਨਾਂ 'ਚ ਵੀ ਨੁਕਸਾਨ ਜਿਹੜੇ ਆਪਾਂ ਜਿਹੜੇ ਸਮਝਿਆ ਲੈਂਦਾ ਵੀ ਇਹਨੂੰ ਕਿਵੇਂ ਤਾਲੀਆਂ ਨਾਲ ਕਰ ਸਕਦਾ, ਉਹਨਾਂ ਨੂੰ ਨੁਕਸਾਨ ਇਹ ਆ ਵੀ ਉਹ ਕੰਮ ਸਾਰੇ ਕਰਦੇ ਆ, ਸਾਰੇ ਬੰਦੇ ਜਿਹੜੇ ਇੱਥੇ ਆਏ ਹੋ ਗਲਤ ਕਰਕੇ ਆਏ ਹੋਏ, ਪਰ ਉਹ ਆਪਦੇ ਆਪਦੇ ਆਲਣ 'ਚ ਬੈਠੇ ਆਲਣ ਦਾ ਮਤਲਬ ਆ ਉਹਨੇ ਹੀ ਖੁਸ਼ ਹੈ ਕਿਸੇ ਟੀ ਵੀ ਚੈਨਲ ਖੋਲ ਰਹੇ ਆ, ਕਿਸੇ ਨੇ ਵੀਡੀਓ ਵਾਲਾ ਦੇਈ ਜਾਂਦਾ ਗੱਲ ਠੀਕ ਕਰਦੇ ਨੇ ਉਹ, ਪਰ ਉਹਦਾ ਇਫੈਕਟਿਵਨੈਸ ਕੁਛ ਨਹੀਂ। ਇਹ ਕਾਰਨ ਸੀਗਾ ਜਿਹੜੇ ਆਪ ਲੈ ਰਹੇ ਵਿੱਚ ਕਿਸੇ ਹੱਦ ਤੱਕ ਚੱਲ ਨਹੀਂ ਸਕੀ, ਪੰਜਾਬ ਇਸ਼ੂ ਉਹਨੇ ਹੋ ਚੁੱਕਿਆ ਹੀ ਨਹੀਂ, ਕੋਈ ਇਸ਼ੂ ਪੰਜਾਬ ਦਾ ਉਹਨਾਂ ਨੇ ਚੁੱਕਿਆ ਨਹੀਂ। ਜਿੰਨੀ ਉਹਨੂੰ ਮਦਦ ਮਿਲੀ ਸੀ, ਜੇ ਕੋਈ ਸਾਡੇ ਕੋਲ ਜੇਲ੍ਹ ਨੂੰ ਬੰਦਾ ਸਿੱਖਾਂ ਨੂੰ ਕਿਤੇ ਨਾ ਮਿਲਦੇ, ਉਹਨਾਂ ਨੂੰ ਸੋਚ ਰਿਹਾ ਕਿ ਉਹਨਾਂ ਨੇ ਸਹੀ ਗਰੁੱਪ ਦੀ ਜਿਹਦੇ ਕੋਲ ਪੈਸਾ ਹੁੰਦਾ ਹੈ ਜਿਹੜਾ ਤੁਹਾਨੂੰ ਸਪੋਰਟ ਕਰਦਾ ਹੈ, ਜਿਵੇਂ ਸਾਡੀ ਆਈ ਇੱਥੋਂ ਦੀ ਮਦਦ ਕੀਤੀ, ਮੈਂ ਪੰਚੀਤੀ ਗਰੁੱਪਾਂ 'ਚ ਗਿਆ, ਬਹੁਤ ਖਰਚ ਹੋਇਆ ਉਹਨਾਂ ਦਿਨਾਂ 'ਚ, ਬਹੁਤ ਜਿਹੜੇ ਘੱਟ ਹੁੰਦੇ ਜਾ ਸਕਦੇ ਸੀ ਕਿਸੇ ਬਹੁਤਾ ਪਤਾ ਨਹੀਂ ਸੀ, ਉਹ ਉਹਨਾਂ ਨੇ ਹਿੰਮਤ ਕੀਤੀ ਮੇਰੇ ਨਾਲ, ਉਹ ਜਾਂਦੇ ਨੇ ਜਿੱਥੇ ਕਿਤੇ ਗਏ ਉਹਨਾਂ ਦੇ ਆਪਣਾ ਜ਼ਰੂਰ ਬਣ ਗਏ, ਜਿਹੜੇ ਕੰਟਰੀ 'ਚ ਗਏ 8-10 ਮੇਰੇ ਨਾਲ ਗਏ ਬਣ ਗਏ, ਉਹ ਇੱਕ ਗੱਲ ਬਣ ਗਈ ਸਾਰੀ। ਹੁਣ ਉਹ ਆਪ ਲੀਡਰ ਬਣ ਗਏ, ਅੱਗੇ ਕੋਈ ਨਹੀਂ ਸੀਗਾ, ਯੂਨਾਈਟਡ ਸਿੱਖਸ ਵੀ ਯੂਨਾਈਟਡ ਸਿੱਖਸ ਪੰਜਾਬ ਜਿੰਨੇ ਵੀ ਤੁਸੀਂ ਲੀਡਰ ਲਾਓ ਇਹ ਸਾਰੇ ਇਹ ਸਮਝ ਲਓ ਵੀ ਜਦੋਂ ਮੈਂ ਜਾਣਾ ਸ਼ੁਰੂ ਕੀਤਾ ਉਹ ਤੋਂ ਬਾਅਦ ਹੀ ਉੱਠੇ ਨੇ, ਉਹ ਤੋਂ ਬਾਅਦ ਹੀ ਲੀਡਰ ਬਣੇ ਨੇ ਸਾਰੇ, ਉਹ ਉਹਨਾਂ ਦੇ ਆਲਣ ਹੀ ਬਣ ਗਏ, ਉਹਨਾਂ ਦੇ ਆਪਦੇ ਆਪ ਹੀ ਇਨਵੈਸਟ ਹੋ ਗਏ, ਔਰ ਉਹਨਾਂ ਨੇ ਇੱਥੋਂ ਦਾ ਪੋਲੀਟਿਕਸ ਚੱਲੀ ਹੈ ਕਿਸੇ ਦੇ ਮਿਨਿਸਟਰ ਬਣਦਾ, ਉਹਨਾਂ ਤੋਂ ਇਹ ਵੀ ਨਹੀਂ ਬਣਦਾ ਉਹਨਾਂ ਤੋਂ ਕੋਲੋਂ ਖਰਚੇ ਕਰਨਾ, ਪਰ ਉਹਨਾਂ ਦੀ ਫਿਲਮ ਇਹ ਆ ਉਹ ਆਪਾਂ ਕਿਵੇਂ ਦੂਰ ਕਰ ਸਕਦੇ ਹਾਂ, ਆਪਾਂ ਡਿਸਕਸ਼ਨ ਦਾ ਪੁਆਇੰਟ ਹੈ ਗਾਹ ਜਿਹੜਾ ਵੀ ਆ ਕੇ ਦੱਸੇ ਸਾਰੇ ਹੋਏ ਕਿ ਜਿਹੜੇ ਬਾਹਰ ਆਲਣ ਬਣੇ ਹੋਏ ਆ ਆਪਣੇ ਆਪਣੇ ਵੀ ਆਹ ਸੀਗੇ ਜਿੱਥੇ ਵੀ ਸੀਗੇ ਮਿਸਰਾ, ਉਹਨਾਂ ਆਪਾਂ ਨੂੰ ਪਤਾ ਵੀ ਕਿਵੇਂ ਇਕੱਠੀਆਂ ਹੁੰਦੀਆਂ ਸੀਗੀਆਂ, ਉਹ ਸਿਸਟਮ ਬਣੇ ਹੋ ਗਏ ਇੱਥੇ, ਉਹ ਨਹੀਂ ਹੋ ਸਕਦਾ, ਉਹ ਨਹੀਂ ਹੋ ਸਕਦਾ ਕਾਲ ਤਖ਼ਤ ਚ ਕ੍ਰੈਡੀਬਿਲਟੀ ਇੱਕ ਗੱਲ ਕਰੋ ਥੱਲੇ ਆ, ਕਲਰਕ ਨੂੰ ਨਿਸਬਤ ਦੇਣੀ ਬੰਦਾ ਜਾਂਦਾ ਹੋਊਗਾ ਕਾਲ ਤਖ਼ਤ ਜਾਂਦਾ ਨਹੀਂ ਹੋਊਗਾ, ਚਾਹੇ ਉਹ ਮੁੰਡੇ ਹੁੰਦੇ ਆ ਕੁੰਡੇ ਬੜੇ ਇਸ਼ੂ ਦੇ ਉੱਤੇ ਪੈਸੇ ਲੈ ਕੇ ਫੈਸਲੇ ਕਰਦੇ ਆ, ਇੱਥੇ ਨਹੀਂ ਇੱਥੇ ਜਿਹੜੇ ਵੀਰ ਪੜ੍ਹ ਕੇ ਭਾਸ਼ਣ ਕਰੀ ਉਹਦਾ ਪਤਾ ਗਲਤ ਹੈ ਵੀ ਤੁਸੀਂ ਜਿਹੜੇ ਹੁਣ ਦੇ ਹਾਲਾਤ ਨੇ ਥੋੜੇ ਦਰਪੇਸ਼ ਹੋਣ ਉਹਨੂੰ ਫਿਰ ਦਾਰਾ ਪਾਏ ਦੇ ਸਿਮਰਜੀਤ ਸਿੰਘ ਸਚਾਈ ਹੈ ਕਿਰਪਾਲ ਘੁਮਾ ਕੇ ਕਿਤੇ ਫਿਰ ਅਖਬਾਰ ਦਾ ਖਬਰਾਂ ਦਵਾ ਕੇ ਥੋੜ੍ਹਾ ਸਾਰਾ ਸਰਪੰਚ ਜੇ ਖਾਲਸਾ ਮਾਤਾ ਹੁੰਦਾ ਬਹੁਤ ਕੁਛ ਕਰ ਰਹੇ, ਜਿਹੜਾ ਤੁਸੀਂ ਸਿੱਖ ਰਹੇ ਹੋ ਰਿਹਾ ਕੋਈ ਗਰੁੱਪ ਉਹਨਾਂ ਦੀਆਂ ਮਜ਼ਬੂਰੀਆਂ ਹੋਣਗੀਆਂ, ਪਰ ਇਹ ਜਿਹੜਾ ਹੈਗਾ ਵੀ ਉਹ ਕਿਉਂ ਨਹੀਂ ਲੜ ਸਕੇ, ਜਿਹੜੇ ਬੰਦਾ ਸਰਪ੍ਰਸਤੀ ਦਿੰਦਾ ਖਰਚ ਕਰਦਾ ਤੁਹਾਨੂੰ ਇਲੈਕਸ਼ਨਾਂ ਵੀ ਲੜਾਉਂਦਾ ਸਾਰਾ ਕੁਝ ਕਰਦਾ, ਉਹ ਇਕੱਠੇ ਹੋ ਕੇ ਕਿਉਂ ਨਹੀਂ ਕਹਿੰਦੇ ਵੀ ਆਹ ਜਿਹੜੇ ਬੰਦਿਆਂ ਦੀ ਦਿਸ਼ਾ ਦੇ ਕਰ ਉਹਨਾਂ ਨੂੰ ਸਪੋਰਟ ਕਰ,
ਉਹਨਾਂ ਦੀ ਸਪੋਰਟ ਹੋਈ। ਆਪ ਕਿੱਥੋਂ ਸੀ? ਆਪ ਨੂੰ ਸਾਰੇ ਪੈਸੇ ਬਾਹਰ ਮਾਰੇ। ਕਿੰਨੇ ਬੰਦੇ ਹਜ਼ਾਰਾਂ ਬੰਦੇ ਆਪ ਦੇ ਵਿੱਚ ਇੱਥੇ ਆ ਗਏ, ਆਪ ਨੂੰ ਕੋਈ ਨਹੀਂ ਸੀ ਜਾਣਾ, ਉਹ ਇੱਕ ਏਜੰਡਾ ਲੈ ਕੇ ਚੱਲੇ ਸੀ। ਇਹ ਹੁਣ ਸਾਡੇ 'ਚ ਉਹ ਏਜੰਡਾ ਲੈ ਕੇ ਉਹਨਾਂ ਨੇ ਗੌਰਮੈਂਟ ਬਣਾਈ, 70 'ਚ 67 ਐਮ ਐਲ ਏ ਬਣੇ, ਉਹਨਾਂ ਦੀ ਗੱਲ ਬਣੀ ਸੀਗੀ, ਸੱਚਾ ਝੂਠਾ ਜਿਹੜੇ ਗੱਲ ਕੀਤੀਆਂ ਕਿਸੇ ਤੱਕ ਠੀਕ ਵੀ ਨਹੀਂ। ਉਹਨਾਂ ਦੀ ਪ੍ਰਾਪਤੀ ਇਹ ਹੈ ਜਿਹੜੀ ਅਸੀਂ 30 ਸਾਲਾਂ 'ਚ ਨਹੀਂ ਕਰ ਸਕਦੇ ਵੀ ਉਹ ਆਪੋਜੀਸ਼ਨ 'ਚ ਕਦੇ ਕੁਛ ਹੁੰਦਾ ਨਹੀਂ ਸੀ ਕਿ ਕਾਂਗਰਸ ਅਤੇ ਅਕਾਲੀਆਂ ਦੇ ਵਿੱਚ ਦੋ ਨੰਬਰ 'ਤੇ ਆਪੋਜੀਸ਼ਨ 'ਚ ਵੀ ਆ ਜਾਣਾ। ਉਸ ਮੌਕੇ ਸਭ ਤੋਂ ਬੜਾ ਖਤਰਾ ਕੀ ਸੀਗਾ? ਜਿਵੇਂ ਹੁਣ ਮੋਦੀ ਰਹਿ ਮੋਦੀ ਰਹਿ ਪਏ, ਜਿਵੇਂ ਮਰਜ਼ੀ ਹੋਵੇ, ਇਹ ਨੈਸ਼ਨਲਾਈਜ਼ ਹੈ ਸਾਰੇ ਹੋ ਗਏ। ਜੇ ਮੋਦੀ ਦਾ ਹਰਮਾ ਹੋਇਆ ਪਤਾ ਨਹੀਂ ਕੀ ਹੋਊਗਾ, ਉਹ ਵੀ ਬਹੁਤ ਕੁਛ ਹੁੰਦਾ। ਇਹਨੇ ਉਸ ਟਾਈਮ ਦੇ ਉੱਤੇ ਜਦੋਂ ਆਪ ਆਈ ਆ ਬਾਦਲ ਸੀ, ਅਸੀਂ ਤੁਸੀਂ ਸਾਰੇ ਕਹਿੰਦੇ ਜੋ ਮਰਜ਼ੀ ਹੋਵੇ ਬਾਅਦ ਰੱਖਣਾ, ਉਹ ਆਪ ਨੇ ਬੜੇ ਕੀਤਾ ਬਾਅਦ ਨੇ ਬਣ ਗਿਆ। ਅਰਬਾਂ ਖਰਬਾਂ ਵੀ ਇਹ ਆਏ ਜੇ ਹੁਣ ਅੱਗੇ 1 ਲੱਖ ਆਪਾਂ ਕਹਿੰਦਾ ਜੇ ਅੱਗੇ 1 ਲੱਖ ਹੈ ਕਰਨਾਟਕ ਨੂੰ 10,000 ਪੈਸਾ ਇੱਥੇ ਬਾਹਰ ਆਇਆ ਆਪ ਕਿਉਂ ਸਿੱਖਣ ਕਰਨਾਟਕ ਮਤਲਬ ਸਿੱਖੇ ਪੈ ਜਾਂਦੇ ਅੱਗੇ ਦੇ ਪੈਸੇ ਦਿੰਦੇ ਆਪ ਨੂੰ ਸਿੱਖਾਂ ਨਹੀਂ ਜਾਣ ਦਿੰਦੇ ਹਿੰਦੂ ਤਾਂ ਪੈਸੇ ਨਹੀਂ ਦਿੰਦਾ ਜੇਤਲ ਵਾਲਾ ਬਣ ਗਿਆ ਹੁਣ ਉੱਥੇ ਬਾਹਰ ਕਹਿਣਾ ਮਤਲਬ ਹੈ ਵੀ ਉਹ ਜਿਹੜਾ ਸਾਡਾ ਨਾ ਜਿਹੜਾ ਆਪਾਂ ਐਕਟੀਵਿਟੀ ਕਰਨਾ ਚਾਹੁੰਦੇ ਹਾਂ ਜਾਂ ਗੱਲਾਂ ਆਪਾਂ ਕਰਦੇ ਹਾਂ ਸਿੱਖੀ ਦਾ ਟਕਰਾਅ ਹਮੇਸ਼ਾ ਰਹਿਣਾ ਸਾਰੇ ਕਹਿੰਦੇ ਆ ਪਰ ਕਿਤਾਬਾਂ ਨਹੀਂ ਲਿਖੀਆਂ ਗਈਆਂ ਨੇ। ਆਪਾਂ ਤਾਂ ਇਹ ਵੀ ਅੱਜ ਦੇ ਹਾਲਾਤ ਦੇ ਮੁਤਾਬਕ ਜਿਹੜਾ ਆਪਣਾ ਵਿਸ਼ਾ ਵੀ ਅੱਜ ਦੇ ਖਿਲਾਫ ਮੁਕਾਬਲੇ ਦੇ ਵਿੱਚ ਉਹਨਾਂ ਨੂੰ ਕੌਮ ਕਰ ਕਰਦਾ ਸਾਡੇ ਇਸ਼ੂ ਨੇ ਜਿਹੜੇ ਸਾਡੇ ਨਿਸ਼ਾਨੇ ਹੈ ਉਹਨਾਂ ਦੀ ਪ੍ਰਾਪਤੀ ਲਈ ਲੀਡਰਸ਼ਿਪ ਉਹਦੇ ਨਾਲ ਪੁੱਛਣੀ ਹੈ ਲੀਡਰਸ਼ਿਪ ਬਣਾਉਣੀ ਹੈ ਲੀਡਰਸ਼ਿਪ ਹੈ ਨਹੀਂ। ਇੱਕ ਇੱਥੇ ਪ੍ਰੋਬਲਮ ਸਾਡੇ ਲਈ ਇੱਕ ਅਸੀਂ ਹੱਲ ਕਰ ਰਹੇ ਹਾਂ ਬਣਾ ਪਾਉਣ ਸਕਦੇ ਹਾਂ ਬਾਹਰ ਗਏ ਜੇ ਕਿਸੇ ਕੋਲ ਫੰਡੇ ਨਹੀਂ ਹੈ ਮੈਂ ਆ ਸਕਦਾ ਕਰ ਸਕਦਾ ਪਰ ਮੈਂ ਰੱਖਾਂ ਪੂਰਾ ਉਹਨੂੰ ਕਰ ਸਕਦਾ ਇੱਥੇ ਕਰਦੇ ਨੇ ਆ ਇੱਕ ਐਮ ਐਲ ਏ ਆਇਆ ਜਿਹਨੂੰ ਆਪਣੇ ਟਿਕਟ ਦਿੱਤੀ ਆ ਅਰਬਾ ਸਾਹਿਬ ਨੂੰ ਕੀ ਆ ਤੂੰ ਕਹੇਗਾ ਉਹਨਾਂ ਨੇ ਇਹ ਕਿਹਾ ਕਿ ਲੈ ਕੇ ਬੰਦਾ ਜਿੱਤ ਸਕਦਾ ਹੈ ਇਹਦੇ ਕੋਲ ਬਹੁਤ ਪੈਸੇ ਦੇਂਦਾ ਰਹੇ ਸਾਡੇ ਨਾਲ ਕੋਈ ਫੜੀਆ ਤੂੰ ਥੋੜ੍ਹੇ ਸਾਡੇ ਤੋਂ ਤਾਂ ਕੋਈ ਫੜੀਆ ਅਸੀਂ ਇਹਦੇ ਪੈਸੇ ਦਿਖਾ ਸਕਦੇ ਬਹਾਦਰ ਦਾ ਪਿੰਡ ਦਾ ਇਸ ਕਰਕੇ ਬਹੁਤ ਜਿਹੜੀ ਵੱਡੀ ਲੋਕ ਆ ਬਾਹਰ ਜਿਹੜੇ ਵੀ ਮੇਰੇ ਵੀਰ ਬਾਹਰ ਜਾਂਦੇ ਆ ਸੈਮੀਨਾਰਾਂ ਜਾਂ ਕੁਛ ਜਾਂਦੇ ਆ ਜਾਂ ਆਪਾਂ ਵੀ ਜਿੱਥੇ ਬੰਦਾ ਕਰਦਾ ਰਹੀਏ ਬਣਾਈਏ ਦੱਸੀਏ ਕਿ ਬਾਹਰ ਜਾ ਕੇ ਕੀ ਕਰਨਾ ਚਾਹੀਦਾ ਇੱਥੇ ਸਾਨੂੰ ਕਿਹੜਾ ਇਸ਼ੂ ਲੈਣਾ ਚਾਹੀਦਾ ਇਹ ਇਸ਼ੂ ਕਿਉਂਕਿ ਆਪਾਂ ਬਾਹਰ ਦੇ ਆਉਣਗੇ ਕਿ ਬਾਹਰ ਦੇ ਤਾਂ ਉਹਨਾਂ ਹੀ ਤੋਂ ਹਰੇਕ ਇਸ਼ੂ ਕਿਉਂ ਆਉਣਗੇ ਪਰ ਅਨਫਾਰਚੁਨੇਟਲੀ ਜਿੰਨੇ ਸਿੱਖ ਗਰੁੱਪ ਵੀ ਹੈ ਨੌਲੈਂਡ ਦਿੱਲੀ ਰੋਡ ਕਾਫੀ ਨੂੰ ਪਤਾ ਕਈ ਮਜ਼ਦੂਰ ਵੀ ਹੈ ਉਹ ਜਿੰਨੇ ਪੈਸੇ ਉਹਨੇ ਖਰਚ ਵੀ ਕੀਤੇ ਆ ਉਹਦੀ ਉਹਨਾਂ ਦਾ ਰਿਜ਼ਲਟ ਬਹੁਤ ਵਧੀਆ ਹੈ ਉਹਦੇ ਕਰਕੇ ਫਰਸਟ੍ਰੇਸ਼ਨ ਵੀ ਤਾਂ ਆਪ ਨੂੰ ਮਤਲਬ ਘੱਟੇ ਸੀ ਕਿਉਂਕਿ ਇੱਥੇ ਦਾ ਜਿਹੜਾ ਨਾਣਾ ਮਾਰ ਲੈਣਾ ਖਾਲਸਾ ਦਾ ਨਾਣਾ ਮਾਰ ਲੈਣਾ ਚੱਲਣਾ ਪੈਣਾ ਨਾਰੇ ਤਾਂ ਮਾਰੇ ਗੱਲ ਦੱਸਦੇ ਸੀ ਜਿਹੜੇ ਨਾਰੇ ਤੋਂ ਸਟਾਰਟ ਹੋ ਗਏ ਗੱਲ ਉਹ ਸਾਰਿਆਂ ਨੂੰ ਪਤਾ ਕਿ ਖਾਲਸਾ ਦੇ ਨਾਰੇ ਦਾ ਮਾਰੇ ਪਿੰਡ ਵਾਲੇ ਤੋਂ ਮਾਰਿਆ ਅਖੀਰ ਤੱਕ ਉਹਨੂੰ ਪਤਾ ਜੇ ਨਹਿਰਾ ਮਾਰਦਾ ਹੈ ਤਾਂ ਸਾਉਂਦੀ ਸਰਕਾਰ ਵੀ ਮਾਰਿਆ ਸਾਰੇ ਹਿੰਦੂਆਂ ਨੂੰ ਮਾਰ ਦੇ ਭੰਨੀ ਅਸੀਂ ਕਹਿੰਦੇ ਹਾਂ ਵੀ ਜਿਹੜਾ ਖਾਲਸਾ ਉਹ ਘੱਟ ਗੱਲ ਕਰਦਾ ਬੰਦੇ ਦੀ ਹੈ ਆਪ ਜੋ ਐਂਕਰ ਗਏ ਤਾਂ ਆਪ ਹੀ ਸ਼ੁਰੂ ਕਰਦੇ ਆ ਆਪ ਦਾ ਜੇ ਕਾਰਨ ਕਾਪੀ ਆ ਹੋਰਾਂ ਦੀ ਆਈ ਆਈ ਕਰੀ ਜਾਂਦੇ ਕਹਿਣ ਤੋਂ ਮਾਰ ਲੈਣਾ ਤਾਂ ਅਸੀਂ ਦੋ ਇਸ਼ੂ ਦੱਸਣਾ ਚਾਹੁੰਦਾ ਕਿ ਮੇਰੀ ਸਮਝ ਬਣਾ ਪ੍ਰੋਬਲਮ ਹੋ ਸਕਦਾ ਹੈ ਇੱਥੇ ਵੀ ਜੇ ਕੰਮ ਕਰਨਾ ਬਾਅਦ ਚ ਸਕੋਪ ਤੋਂ ਬਿਨਾਂ ਨਹੀਂ ਹੋਣਾ ਇੱਥੇ ਇਸ਼ੂ ਬਹੁਤ ਬਹੁਤ ਜਿਹਾ ਲੱਭੋ ਬਾਹਰ ਤੁਹਾਡੇ ਨਾਲ ਹੋਣਗੇ ਹਮੇਸ਼ਾ ਕੋਈ ਇਸ਼ੂ ਕਰ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਇਸ਼ੂ ਹੋਇਆ ਜਾਏਗਾ ਜਿਹੜਾ ਕਿ ਬਰਾਬੀਆ ਕਰਨ ਵੀ ਹੈ ਸਿੱਖ ਕਰਕੇ ਆਪਾਂ ਮੰਨ ਕੇ ਚੱਲੋ ਇਹ ਗੱਲ ਕੋਈ ਸਿੱਖ ਨਹੀਂ ਅਸੀਂ ਹੈਗੇ ਆਪਣੇ ਆਪ ਨੂੰ ਮਰਜ਼ੀ ਕਹੀ ਜਾਓ ਜਿਹੜੇ ਇੱਥੇ ਪੰਜਾਬ ਦੇ ਵਿੱਚ ਅਕਾਲੀਆਂ ਸਮੇਂ ਵਿੱਚ ਇੰਨੀ ਮਿਹਨਤ ਵੀ ਹੋ ਗਏ ਹਾਲ ਹੋਏ ਧੀਰਤਾ ਜਿਹੜਾ ਪਤਾ ਹੋਰ ਵੀ ਆ ਬੰਦੇ ਆ ਉਹਦੇ ਬਾਰੇ ਸਾਰੇ ਸੁੱਕੇ ਪਏ ਆ ਕੋਈ ਮੈਨੂੰ ਜਿਹੜਾ ਕੋਈ ਗਰੁੱਪ ਹੈ ਇਸ ਟਾਈਮ 'ਤੇ ਜਿਹੜਾ ਇਸ ਕੰਮ 'ਚ ਲੱਗਿਆ ਹੋਵੇ
ਇਹ ਬਹੁਤ ਵੱਡਾ ਇਸ਼ੂ ਹੈ ਜੀ, ਚੱਕਰ ਦੀ ਲੋੜ ਆ ਇਸ ਲੈਵਲ 'ਤੇ। ਦੂਸਰੀ ਆ ਜਿਹੜੀ ਲੀਡਰਲੈਸ ਅਤੇ ਕੌਮ ਹੈ, ਇਹਦੇ ਵਿੱਚੋਂ ਹੀ ਕੁਛ ਨਾ ਕੁਛ ਨਿਕਲੂਗਾ। ਅਗਰ ਜਿਹੜੇ ਜਿਹੜੇ ਬੰਦੇ ਕੰਮ ਕਰਨਗੇ ਇਕੱਠੇ ਹੋਣਗੇ, ਇਹ ਇੱਕ ਢੰਗ ਆ। ਉਹਨੂੰ ਤੁਸੀਂ ਜੀ ਬਦਲਾਓ, ਮੀਡੀਆ ਨੂੰ ਤਿੰਨ ਚਾਰ ਵਾਰ ਬੈਠੇ ਜਿਹੜੇ ਕਰ ਦਿੰਦੇ ਬਹੁਤ ਵਧੀਆ ਪਿੱਛੇ, ਪਰ ਉਹ ਵੀ ਕੀ ਕਰ ਸਕਦੇ ਨੇ ਜਿੰਨਾ ਚਿਰ ਇਸ਼ੂ ਨਹੀਂ ਹੈ। ਕੋਈ ਚਾਰ ਸਾਲ ਦੇ ਕਿੱਡੇ ਕਿੱਡੇ ਕੇਸ ਨੇ ਕੋਈ ਕਰਕੇ ਦਿਖਾ ਕੇ ਬੱਕੀ, ਉਹਨਾਂ ਦਿਨਾਂ 'ਚ ਜਿਵੇਂ ਕਿ ਇਹਨਾਂ ਦੇ ਕੇਸ ਲੈ ਰਹੇ ਨੇ, ਪਰ ਇਹ ਹੁਣ ਕੱਢੇ ਆ ਕਿ ਕਿਵੇਂ ਭਾਰਤ ਦੇ ਲੀਡਰ ਬਣ ਸਕਦੇ ਆ। ਇਹਨਾਂ ਦਾ ਜੋ ਰੋਲ ਸੀਗਾ ਬਾਪੂ ਕਿਹਨੇ ਨਿਭਾਇਆ, ਮੈਂ ਕੁਛ ਕੰਮ ਕੀਤਾ ਜਿੰਨਾ ਕਰ ਸਕਿਆ ਮੈਂ ਕੀਤਾ, ਮੈਂ ਆਪਦਾ ਕਹਿਣਾ ਵੀ ਅਸੀਂ ਮੈਂ ਕੁਛ ਨਹੀਂ ਕਰ ਸਕਦਾ। ਆਪਾਂ ਨੂੰ ਇੱਕ ਇਸ਼ੂ ਘੱਟੋ ਘੱਟ ਹੋਣਾ ਚਾਹੀਦਾ ਜਿਹਦੇ 'ਤੇ ਅੱਗੇ ਤੁਰਿਆ ਜਾ ਸਕਦਾ। ਇੱਕ ਬਾਹਰਲੇ ਬੰਦਿਆਂ ਨੂੰ ਕੋਈ ਬੰਦਾ ਜਾਵੇ ਉੱਥੇ, ਕੋਈ ਤੋਂ ਟੀਮ ਜਾਵੇ ਜਾਂ ਉਹ ਬਲੋਗ ਜਾਂ ਖਬਰਾਂ ਦੇ ਕੇ ਕਹਿਣ ਵੀ ਬੜਾ ਇਸ਼ੂ ਵਧੀਆ ਇਹਨਾਂ ਚੱਕਿਆ ਹੋਇਆ, ਉਹਨਾਂ ਨੂੰ ਜੇ ਜਾਵੇ ਜਿਹੜੇ ਅੱਗੇ ਵੀ ਜਾਂਦੇ ਆ ਜਾਂ ਜਿਹੜੇ ਵੀ ਔਖੇ ਵੀ ਲੱਗਦੇ ਆ, ਤਾਂ ਉਹਨਾਂ ਨੂੰ ਅੱਗ ਨਾ ਸਮਝਾਇਆ ਜਾ। ਫਿਰ ਇਹ ਵੀ ਇੱਕ ਜਿੰਨਾ ਇਹ ਨਾ ਹੋਵੇ ਵੀ ਅਸੀਂ ਬਦਲ ਬਣਦਾ ਹੈ ਆਪਣਾ ਜਾਂ ਕੋਈ ਦੂਜਿਆਂ ਦਾ ਬਦਲ ਇਸ਼ੂ ਹੋਵੇ, ਇਹਦੇ 'ਚ ਲੀਡਰਸ਼ਿਪ ਨਿਕਲੂਗੀ ਤਾਂ ਬਦਲ ਆਪੇ ਬਣਦਾ, ਬਦਲ ਤਾਂ ਆਪੇ ਬਣਦਾ। ਪਿੰਡ ਵਾਲੇ ਬਣਾਇਆ ਤੁਹਾਡੇ ਸਾਹਮਣੇ ਦਾ 78 ਤੋਂ 84 ਤੱਕ ਕਿੰਨੇ ਵਿਚਾਰ, ਕਿੰਨਾ ਵੱਡਾ ਵਰਤਾਰਾ ਹੋਇਆ, ਸਾਰਾ ਕੁਛ ਹੋਇਆ। ਦੇਖ ਲਓ ਵੀ ਤੁਹਾਡੇ ਸਾਹਮਣੇ ਰਿਪੀਟ ਕਰਨ ਦੀ ਲੋੜ ਨਹੀਂ ਹੈ, ਗੱਲ ਕਰਨ ਦਾ ਪੈਂਦਾ ਕੁਛ, ਜਿਹੜਾ ਕਹਿੰਦਾ ਉਹ ਨਿਭਾਉਣਾ ਪੈਂਦਾ। ਜੇ ਭਿੰਡਰਾ ਸ਼ਹੀਦ ਹੋਇਆ ਹੁੰਦਾ ਤਾਂ ਜੋ ਉਹਨੇ ਕਿਸੇ ਦੀ ਗੱਲ ਨਹੀਂ ਸੀ ਕਰਨੀ, ਉਹ ਵੀ ਗੁਰਦੁਆਰਾ ਲੱਗੇ ਹੁੰਦੇ, ਕਿੱਦਾਂ ਗੁਰੂ ਦੂਜੇ ਦਰਵੇ 'ਤੇ ਬੈਠਣਾ ਪਿਆ ਜਿੱਥੇ ਕਾਰਨ ਉੱਥੇ ਇਸ ਲੈਵਲ ਦੀ ਕੁਰਬਾਨੀ ਚਾਹੀਦੀ ਹੈ। ਇਹ ਜਿਹੇ ਲੀਡਰ ਜਿਹੜੇ ਹੋਣਗੇ, ਜਿਹੜੇ ਪਹਿਲੇ ਉਹ ਕਰਦੀਆਂ ਜਿਹੜੀਆਂ ਤਨਖਾਹਾਂ ਦੇ ਐਮ ਪੀ ਦੀਆਂ ਅਤੇ ਫਲਾਨੀਆਂ ਦੇ ਕਾਰਾਂ ਵੀ ਕਿਹੜੀ ਕਾਰ ਦਾ ਬੋਰਡਰ ਮੇਰੇ ਕੋਲ ਹੋਵੇ, ਮੈਨੂੰ ਇੰਨੇ ਪੈਸੇ ਮਿਲਣ ਤਾਂ ਮੈਂ ਘਰੋਂ ਬਾਹਰ ਨਿਕਲਾਂ, ਉਹ ਨਹੀਂ ਕੋ ਕਰ ਸਕਦੇ ਹੈਗੇ। ਜਵਾਬ ਸਾਰੇ ਹੈ ਪਰ ਪਲੇਟਫਾਰਮ ਹੈ, ਧਿਰ ਵੀ ਹੈ, ਧਿਰ ਵੀ ਹੈਗੇ, ਜਿਹਦੇ ਕਰਕੇ ਅਸੀਂ ਤੁਸੀਂ ਜਿਹੜੇ ਸਾਰੇ ਬੈਠੇ ਆਪਾਂ ਕਿਹੜੇ ਸ਼ਾਮ ਆਉਂਦੇ। ਇਸ ਕਰਕੇ ਮੈਂ ਤਾਂ ਕਹਿੰਦਾ ਵੀ ਤਾਂ ਹੀ ਕੋਈ ਫਾਇਦਾ, ਜਾਂ ਜਿਹੜੇ ਦੋ ਮੈਸ਼ੂ ਕੱਢੇ ਆ ਮੈਨੂੰ ਕੋਟੋ ਵੱਲ ਸਦੇ ਹੋ, ਜਿਹੜੇ ਮੇਰੇ ਮਨ 'ਚ ਹੈ ਉਹਦੇ ਬਾਰੇ ਆਪਾਂ ਅੱਗੇ ਕਰਦਾ। ਅਦਰਵਾਈਜ਼ ਸੋਚੀ ਨਾਲ ਸਾਰੇ ਪੰਜਾਬ 'ਚ ਕਰਿਆ ਉੱਥੇ ਕਰਿਆ ਗੱਲ ਇਸ਼ੂ ਲੱਭਣ ਦੇ, ਇਕੱਠੇ ਹੋਣ ਦੇ, ਇਹ ਲੀਡਰਸ਼ਿਪ ਕਿਵੇਂ ਬਣਾਉਣ ਦੀ ਹੈ ਉਹ ਕੱਢਣ ਦੀ ਲੋੜ ਹੈ। ਵੈਰੂ ਜੀ ਕੋ ਖਾਲਸਾ ਕਿ ਜੇ ਵਿਸ਼ਵਾਸੀ ਨੂੰ ਤੋੜਨ ਦਾ ਕੋਈ ਰਾਹ ਕੱਢਿਆ ਹੈ ਦੂਸਰੀ ਜੇ
ਸਿੱਖੋ ਅਸੀਂ ਚੱਲੇ ਸਾਂ ਦੋ ਮੈਂ ਧਿਆਨ ਦੇਣਾ ਜਿੱਥੋਂ ਅਸੀਂ ਚੱਲੇ ਸਾਂ ਅਸੀਂ ਕੀ ਸੁਣਿਆ ਸੀ ਅਸੀਂ ਸਾਰੇ ਸਿੱਖ ਇਕੱਠੇ ਹੋਏ ਹਾਂ ਸਿੱਖ ਕਿਵੇਂ ਜਦੋਂ ਅਸੀਂ ਅਕਾਲ ਪੁਰਖ ਦੇ ਬਹੁਤ ਸਾਰੇ ਗੁਰੂ ਨਾਨਕ ਪਾਤਸ਼ਾਹ ਬੋਲ ਰਹੇ ਮੈਂ ਨਹੀਂ ਬੋਲਦਾ ਪਿਆ ਅਕਾਲ ਪੁਰਖ ਬੋਲਦਾ ਪਿਆ ਉਹਦੇ ਸ਼ਬਦ ਸੁਣਿਆ ਅਸੀਂ ਸ਼ਬਦ ਨੂੰ ਗੁਰੂ ਮੰਨ ਸ਼ਬਦ ਉਹਨੇ ਉਹ ਸ਼ਬਦ ਸੁਣ ਕੇ ਉਹ ਸੱਚ ਦੇ ਸ਼ਬਦ ਸੁਣ ਕੇ ਅਸੀਂ ਸਚਿਆਰ ਹੋਏ ਜਦੋਂ ਅਸੀਂ ਇਸ ਲੈਵਲ ਤੇ ਹੋਏ ਸੱਚ ਦੇ ਸਚਿਆਰ ਹੋਏ ਤੇ ਅਸੀਂ ਸੰਸਾਰ ਦਾ ਜਿਹੜਾ ਕੋਰ ਸੀ ਉਹਦੇ ਵਜੂਦਾਂ ਦੀ ਸਾਨੂੰ ਗਿਆਨ ਹੋਇਆ ਸਾਡਾ ਉਹਦੇ ਨਾਲ ਟਕਰਾਅ ਹੋਇਆ ਅਸੀਂ ਸਹਿਮਤ ਕਰਨ ਦੀ ਕੋਸ਼ਿਸ਼ ਕੀਤੀ ਕਿ ਕੋਰ ਨੇ ਮਾਰ ਛੱਡੋ ਨੇ ਨਹੀਂ ਛੱਡਿਆ ਚਾਹੇ ਕਿਸੇ ਰਾਜੇ ਦੇ ਰੂਪ ਸੀ ਚਾਹੇ ਕਿਸੇ ਜਿਸ ਤਰ੍ਹਾਂ ਇਹ ਸਨਾਤਨ ਕਰਮਕਾਂਡ ਦੇ ਰੂਪ ਸੀ ਉਹ ਨਹੀਂ ਸਹਿਮਤ ਹੋਇਆ ਸਾਡਾ ਟਕਰਾਅ ਹੋਇਆ ਟਕਰਾਅ ਤੋਂ ਬਾਅਦ ਸਾਡੀਆਂ ਸ਼ਹਾਦਤਾਂ ਆਈਆਂ ਅਸੀਂ ਇਤਿਹਾਸ ਸਿਰਜਿਆ ਸਿੱਖਾਂ ਨੇ ਅਕਾਲ ਪੁਰਖ ਦੀ ਰਹਿਮਤ ਨਾਲ ਹੀ ਇਤਿਹਾਸ ਸਿਰਜਿਆ ਉਸ ਇਤਿਹਾਸ ਨੂੰ ਵਾਰ ਵਾਰ ਅਸਾਂ ਦੁਹਰਾਇਆ ਪਰ ਜਿਹੜੀ ਅੱਜ ਦੀ ਚਲੋ ਉਹਨੂੰ ਆਜ਼ਾਦੀ ਕਰੋ ਮੈਂ ਆਜ਼ਾਦੀ ਹੈ ਤੁਹਾਨੂੰ ਦੀ ਆਜ਼ਾਦੀ ਕਰਨਾ ਅਸੀਂ ਇਹ ਆਜ਼ਾਦੀ ਨਹੀਂ ਇਹ ਆਜ਼ਾਦੀ ਨੂੰ ਅਸੀਂ ਮੰਜ਼ਲ ਮੰਨ ਲਿਆ ਜਾਂ ਸਮਝ ਗੱਲ ਸਿਖਾ ਦਿੱਤੀ ਇਹ ਗੌਰਮੈਂਟ ਦੀ ਵੱਲੋਂ ਕਿ ਇਹ ਸਾਡੀ ਮੰਜ਼ਲ ਹੈ ਆਜ਼ਾਦੀ ਲੈਣੀ ਸਾਨੂੰ ਅਸੀਂ ਇਹਨੂੰ ਮਾਨਣ ਲੱਗ ਪਏ ਅਸੀਂ ਰਾਮਪ੍ਰਸਤ ਹੋ ਗਏ ਰਾਮ ਕਰਨ ਲੱਗ ਪਏ ਰਾਮਪ੍ਰਸਤੀ ਤੋਂ ਅੱਗੇ ਜਿਹੜੀ ਸਾਡੀ ਬਹੁਤ ਗਿਣਤੀ ਹੈ ਇਹ ਤੁਸੀਂ ਆਪਣੀ ਮਾਇੰਡ ਨਾਲ ਕਰ ਸਕਦੇ ਬਹੁਤ ਗਿਣਤੀ ਹੈ ਜਿਹੜੇ ਸਾਡੀ ਪਹਿਲੀ ਬਹੁਤ ਗਿਣਤੀ ਸੀ ਸਨਾਤਨੀ ਜਾਂ ਹਿੰਦੂ ਕਹਿ ਲਓ ਉਹ ਕਿਆਸ਼ੀ ਸੀ ਅਤੇ ਅਸੀਂ ਵੀ ਉਹਨਾਂ ਦੇ ਨਾਲ ਸਹਿਮਤ ਹੋ ਗਏ ਉਸੇ ਤਰ੍ਹਾਂ ਹੀ ਹੋ ਗਏ ਅਸੀਂ ਇਹਨੂੰ ਮੰਜ਼ਰ ਗਿਣਿਆ ਮੰਜ਼ਰ ਨਹੀਂ ਪੜਾਇਆ
ਜਿਹੜਾ ਨਾਲ ਅਸੀਂ ਦ੍ਰਿੜਤਾ ਰੱਖੀ, ਤੁਸੀਂ ਮਨ ਮਨ ਵੀ ਘਟਵਾਏ, ਤੁਸੀਂ ਨੀਹਾਂ ਚ ਵੀ ਘਟਵਾਏ। ਸਾਡੇ ਕੋਲ ਉਹ ਗੱਲ ਨਹੀਂ ਹੈ, ਅਸੀਂ ਉਸ ਮੂਲ ਨਾਲ ਬਹੁਤ ਪਏ ਹੋਏ ਹਾਂ। ਤੁਸੀਂ ਕਿਤੇ ਗਏ ਹੋ, ਤੁਸੀਂ ਗੱਲ ਰਾਜਨੀਤੀ ਦੀ ਗੱਲ ਹੋ, ਵਪਾਰ ਦੀ ਗੱਲ ਹੋ, ਬੜੇ ਧਿਆਨ ਨਾਲ ਲੋਕ ਸਮਝਦੇ। ਜਦੋਂ ਤੁਹਾਨੂੰ ਇਸ ਮੁਸ਼ਕਲ ਦਾ ਆਧਾਰ ਹੋਏ, ਦੱਸਣ ਦੇ ਰੂਪ ਵਿੱਚ ਸਾਡੇ ਤੇ ਭਾਰ ਕਿਉਂ ਪੜਦਾ ਹੈ, ਮੁਸ਼ਕਲ ਦਾ ਉਹ ਮੁਸ਼ਕਲ ਦਾ ਆਧਾਰ ਹੈ ਕਿ ਅਸੀਂ ਉੱਥੋਂ ਟੁੱਟ ਗਏ ਹਾਂ। ਗੁਰਬਾਣੀ ਮੁਤਾਬਕ ਹੁੰਦਾ ਰੂਪ ਸਿੰਘ ਪ੍ਰਗਟ ਸਰੂਪ, ਇਹ ਗੁਰਬਾਣੀ ਨਹੀਂ ਹੈ। ਹਾਂਜੀ, ਵੀ ਬਾਣੀ ਗੁਰੂ ਗੁਰੂ ਹੈ, ਬਾਣੀ ਅਕਾਲ ਪੁਰਖ, ਬਾਣੀ ਸਿੱਖ ਸਾਰੇ ਕਰਵਾ ਕੇ ਕਰਾਂਗੇ, ਪਰ ਗੁਰੂ ਕਹਿ ਰਿਹਾ ਉਹਦੇ ਵੱਲ ਕੋਈ ਧਿਆਨ ਦਿੰਦਾ।
ਦੇਈ ਸਰਕਾਰ ਗੁਰੂ ਦੇ ਗਿਆਨ ਧਾਰਨਾ ਹੈ ਗੁਰੂ ਦੇ ਗਿਆਨ ਸਮਝ ਹੈ ਗੁਰੂ ਦੇ ਗਿਆਨ ਦਾ ਉਪਰ ਗੱਲ ਦੇਖੀ ਸਮੱਸਿਆਵਾਂ ਬਥੇਰੀਆਂ ਨੇ ਜਿੱਦਾਂ ਅਸੀਂ ਗੱਲ ਗੱਲ ਕੀਤੀ ਹੈ ਕਿ ਹਰ ਰੋਜ਼ ਹੀ ਬਣੇ ਦੇ ਨਵਾਂ ਨਵਾਂ ਹੁੰਦਾ ਹੋ ਰਿਹਾ ਸੋ ਸਮੱਸਿਆਵਾਂ ਤੇ ਹੁੰਦੀਆਂ ਨੇ ਸਾਨੂੰ ਬਦਲੀਆਂ ਜਾਂਦੀਆਂ ਹੁਣ ਇਕੱਠੇ ਹੋ ਕੇ ਕਿੱਦਾਂ ਕਰਨਾ ਹੈ ਆਪਾਂ ਕਹਿ ਦਈਏ ਕਿ ਅਸੀਂ ਜਥੇਬੰਦੀ ਕਰ ਸਕਦੇ ਹਾਂ ਬੜੀ ਐਫਰਟ ਦੀ ਮੰਗੀ ਹੈ ਪਰ ਜਿਹੜਾ ਨਾ ਕਰਨ ਵਾਲੀ ਗੱਲ
ਕਿਸੇ ਦਾ ਹੈਗਾ ਕੋਈ ਪੈਸਾ ਲੈਗਾ ਮੇਰੇ ਘਰ ਦੀ ਭਾਈ ਸਾਹਿਬ ਨੂੰ ਬੁਲਾ ਕਿ ਮੈਂ ਰਾਏ ਘਰ ਤੱਕ ਭਾਈ ਸਾਹਿਬ ਨੂੰ ਰਹਿ ਭਾਈ ਸਾਹਿਬ ਦੀ ਕੋਈ ਲੋੜ ਨਹੀਂ ਅਸੀਂ ਆਪ ਕੇ ਰਿਸ਼ਤੇ ਹੋ ਗਏ ਅਸੀਂ ਭਾਈ ਸਾਹਿਬ ਨੂੰ ਜਨਮ ਦਿੱਤਾ ਭਾਈ ਸਾਹਿਬ ਨੂੰ ਦੋ ਸੰਗਤ ਗਏ ਵੀ ਉਹਦੇ ਵੱਲ ਘਰ ਦਾ ਧਿਆਨ ਦਿੰਦਾ ਹੈ ਕਿ ਭਾਈ ਉਹਦੇ ਸੰਗਤ ਉਹਨਾਂ ਨੂੰ ਪੈਸੇ ਲੈਣੇ ਹੁੰਦੇ ਨੇ ਗੁਰੂ ਕਹਿੰਦਾ ਉਹਦੇ ਵੱਲ ਧਿਆਨ ਜਾਵੇ ਨਾ ਜਾਵੇ ਕਈਆਂ ਦਾ ਜਾਂਦਾ ਹੋਵੇ ਕਈਆਂ ਦਾ ਨਹੀਂ ਜਾਂਦਾ ਬਟ ਮੋਸਟ ਇੰਪੋਰਟੈਂਟ ਹੈਗਾ ਕਿ ਪਾਵਨ ਗ੍ਰਹਿ ਨੂੰ ਪ੍ਰੋਗਰਾਮ ਕਰਾ ਕੇ ਸਾਰੀ ਧਿਰਾਂ ਨੂੰ ਪਾਉਂਦਾ ਅਗਰ ਆਪਾਂ ਇਕੱਠੇ ਹੋ ਸਕਦੇ ਹਾਂ ਆਪਣੀ ਜ਼ਿੰਦਗੀ ਆਪਾਂ ਕੋਈ ਟਾਈਮ ਕਰ ਸਕਦੇ ਹਾਂ ਉਹ 'ਚ ਆਪਾਂ ਜੋੜ ਦੇਈਏ ਉਹਦੇ ਨਾਲ ਆਪਾਂ ਪਬਲਿਕ ਨੂੰ ਲੈ ਕੇ ਉਹਨਾਂ ਨੂੰ ਦੱਸੀਏ ਕਿ ਦਿਸ ਇਜ਼ ਦੀ ਜੋ ਸਾਰਤਕ ਜਾਂ ਇੱਕ ਜਾਂ ਦੋ ਜਿਹੜੇ ਅਹਿਮ ਹੁੰਦੇ ਨੇ ਜਿਹੜੇ ਕਿ ਆਪਾਂ ਸਮਝਦੇ ਹਾਂ ਕਿ ਉਹ ਹੱਲ ਹੋਣ ਵਾਲੇ ਨਹੀਂ ਹੈਗੇ ਉਹਨਾਂ ਨੂੰ ਆਪਾਂ ਦੱਸੀਏ ਤਾਂ ਕਿ ਉਹਨਾਂ 'ਚ ਲੋਕ ਕੰਮ ਕਰਨ ਉਹਨਾਂ ਦਾ ਫੀਡਬੈਕ ਲਈਏ ਤਾਂ ਕਿ ਤੁਹਾਨੂੰ ਪਤਾ ਸਕਸੈਸ ਇਹ ਤਾਂ ਪਤਾ ਲੱਗੇ ਇੱਥੇ ਆ ਕੇ ਤੁਸੀਂ ਡਿਗਰੀਆਂ ਕਰ ਦਿਓਗੇ ਅਸੀਂ ਸਾਰੇ ਟੀਵੀ 'ਤੇ ਵੀ ਜਾਂਦੇ ਰਹਿੰਦੇ ਹਾਂ ਅਸੀਂ ਅਖਬਾਰਾਂ 'ਤੇ ਵੀ ਜਾਂਦੇ ਤੇ ਫਿਰ ਕਿਉਂ ਦੂਸਰਾ ਅਖਬਾਰ ਦਾ ਜਾਣ ਤੀਜੇ ਦਿਨ ਨਹੀਂ ਚੱਲਦਾ ਦੂਜੇ ਦਿਨ ਖਤਮ ਟੀਵੀ ਦਾ ਪ੍ਰੋਗਰਾਮ ਉਹਦੇ ਬੰਦੇ ਦੇ ਸਹਿਤ ਰਹੇਗਾ ਤੀਜੇ ਦਿਨ ਖਤਮ ਇੱਕ ਦਿਨ ਤੁਹਾਨੂੰ ਲੱਗ ਜਾਂਦਾ ਹੈ ਤੁਸੀਂ ਇੱਕ ਲਹਿਰ ਵੀ ਬਣਾਉਂਦੇ ਤੁਸੀਂ ਲੋਕਾਂ ਨੂੰ ਜਾਗਰੂਕ ਵੀ ਕਰਦੇ ਤਦ ਤੱਕ ਕੁਛ ਨਹੀਂ ਹੋਵੇਗਾ ਅਤੇ ਮੇਰੀ ਇਹ ਬੇਨਤੀ ਹੈ ਕਿ ਬੜਾ ਸਲਾਹਕਾਰ ਜੋ ਕਾਲਾ ਹੈਗਾ ਕਿ ਇੱਥੇ ਦੀ ਸੰਗਤ ਜਿਹੜੀ ਹੈ ਉਹ ਇੱਥੇ ਇਕੱਠੀ ਹੋਈ ਹੈ ਪੜਾਓ ਆਪਾਂ ਦੂਜਾ ਦੇ ਨਾਲ ਲੈ ਕੇ ਆਪਾਂ ਬਣ ਕੇ ਅਸੀਂ ਹੀ ਸਿਰਫ ਇੱਕ ਤਿਰ ਬਣ ਸਕਦੇ ਹਾਂ ਉਸ ਤਿੰਨੇ ਤਿਰਾਂ ਨੇ ਜਿਹੜੀਆਂ ਇਸ ਗੱਲ ਸੋਚਰੀਆਂ ਨੇ ਉਹਨਾਂ ਨੂੰ ਨਾਲ ਲੈ ਕੇ ਅਸੀਂ ਕੋਈ ਪ੍ਰੋਗਰਾਮ ਖਰੀਦੀਏ ਅਤੇ ਅੱਗੇ ਸੰਗਤ ਨੂੰ ਦੇਈਏ ਅਤੇ ਰੱਬ ਨੇ ਕਰੇ ਕਿ ਰੱਬ ਨੇ ਕਰਿਆ ਸੱਚੇ ਸੁੱਚੇ ਸਿੱਖ ਇਕੱਠੇ ਹੋ ਕੇ ਤੁਰਨ ਕੇ ਅਤੇ ਇਹਦੇ ਵਿੱਚ ਕਾਮਯਾਬੀ ਰੱਬ ਨੇ ਬਖਸ਼ੇਗਾ ਸੋ ਉੱਥੇ ਅਸੀਂ ਸਿਆਸਤ
ਸਾਡੀ ਆਸ਼ੀਅਤ ਹੋਣੀ ਚਾਹੀਦੀ ਸੀ ਉਹ ਅਸੀਂ ਸੈਂਟਰ ਸਟੇਜ ਲੈ ਮੇਰੇ ਖਿਆਲ ਸ਼ਾਇਦ ਉਹਦੇ ਲਈ ਵੀ ਦਿਸ਼ਾ ਆਪਾਂ ਨੂੰ ਮਿਲਦੀ ਹੈ ਇੰਸਟੀਟਿਊਟ ਆਫ ਸਿਸਟਰ ਹੈਂਗਰਸ 1994 ਵਿੱਚ ਚੰਡੀਗੜ੍ਹ ਸੈਮੀਨਾਰ ਕੀਤਾ ਸੀ ਅਪੋਸਟਸ ਉਹਦੇ 'ਚ ਵੀ ਦਿਸ਼ਾ ਦਿੱਤੀ ਗਈ ਅਤੇ ਦਿਸ਼ਾ ਵੀ ਦਿੱਤੀ ਗਈ ਪਰ ਉਹ ਇਹ ਹੈ ਕਿ ਗੁਰਪ੍ਰੀਤ ਜੀ ਨੇ ਰਾਣਾ ਜੀ ਨੂੰ ਇੰਪਲੀਮੈਂਟ ਨਹੀਂ ਕਰਦੇ ਉਹ ਉੱਥੇ ਛੱਡ ਦੇ ਗਈ ਸੀ ਉਹ ਕਿਤਾਬ ਸੀ ਹੈ ਕਿ ਸਾਡਾ ਜਿਹੜਾ ਸਿਸਟਮ ਗੁਰਦੁਆਰਾ ਬਣਿਆ ਇਹ ਆਪਣਾ ਰੋਲ ਹੋ ਚੁੱਕਾ ਜਦੋਂ ਵੋਟ ਲੈਣੀ ਹੈ ਉਹਨੂੰ ਤਾਂ ਘਰ ਘਰ ਚਲੇ ਜਾਣਾ ਪਰ ਘਰ ਜਾ ਕੇ ਭੇਜਣਾ ਘਰ ਦੇ ਵਿੱਚ ਬਦਲੇ ਵੀ ਲੈਣੇ ਇਹਨਾਂ ਨੂੰ ਪਛਾਣਾ ਇਹਨਾਂ ਨੂੰ ਕਿਵੇਂ ਜੋੜਨਾ ਵੀ ਜਿਹੜਾ ਐਜੂਕੇਸ਼ਨ ਸਿਸਟਮ ਸੀ ਉਹ ਗੁਰਦੁਆਰਿਆਂ ਤੋਂ ਗੈਰ ਹੋ ਚੁੱਕਾ ਨੰਬਰ ਟੂ ਗੁਰਦੁਆਰਿਆਂ ਦੇ ਵਿੱਚ ਲਾਇਬ੍ਰੇਰੀਜ਼ ਲਾਇਬ੍ਰੇਰੀ ਸਟੈਬਲਿਸ਼ ਕਰਨ ਦੀ ਚੀਜ਼ ਅਲੱਗ ਹੈ ਫਿਰ ਉਸ ਤੋਂ ਬਾਅਦ ਉਹਦੇ ਵਿੱਚ ਪੜ੍ਹਨ ਦੀ ਰੁਚੀ ਜਿਹੜੀ ਪੈਦਾ ਕਰਨੀ ਤੁਸੀਂ ਕੰਪੀਟੀਸ਼ਨ ਕਰੋ ਬੱਚੇ ਉਹਨਾਂ ਨੂੰ ਕੁਛ ਕਿਤਾਬਾਂ ਹਰ ਸਾਲ ਇਹ ਕਿਤਾਬਾਂ ਨਹੀਂ ਪੜ੍ਹਨੀਆਂ ਤੁਸੀਂ ਪੜ੍ਹੇ ਜਿਹੜੇ ਨੇ ਇਨਾਮ ਦੀਆਂ ਨੇ ਇਹਦੇ ਕਾਰਨ ਬੱਚਿਆਂ ਨੂੰ ਇਹ ਜਿਹੜੀ ਸਿੱਖ ਸਭਾ ਦਾ ਰੋਲ ਹੈ ਉਹਨੂੰ ਉਹ ਰੋਲ ਨਹੀਂ ਗਿਆ ਰਹਿਣਾ ਸੀ ਹੁਣ ਰੋਲ ਕੀ ਹੈ ਜਿੰਨੀਆਂ ਸਿੱਖ ਨਹੀਂ ਆਉਂਦੀਆਂ ਜਾ ਰਹੀਆਂ ਆਰਗਨਾਈਜੇਸ਼ਨ ਦੂਸਰਾ ਨਿਆਂ
ਜਿੰਨੀਆਂ ਅੱਜ ਸਿੱਖਾਂ ਦੇ ਵਿੱਚ ਕੰਟਰੋਵਰਸੀ ਹੈ ਇਹ 1882 ਵਿੱਚ ਸ਼ੁਰੂ ਹੋਈਆਂ ਤੇ ਅੱਜ ਤੱਕ ਕਿਸੇ ਨਹੀਂ ਬਣਾਇਆ ਸਾਰੀਆਂ ਸਿੱਖਾਂ ਨੇ ਬਣਾਇਆ ਨਾਮ ਦੱਸਣਾ ਕਰ ਮੈਂ ਬਹੁਤ ਵੀ ਬੋਲੀ ਚੁੱਕਾ ਸਿੱਖਾਂ ਨੇ ਬਣਾਈ ਔਰ ਸਿੱਖਾਂ ਨੇ ਆਪਣੇ ਪਰਸਨਲ ਫਾਇਦੇ ਲਈ ਬਣਾਈ ਅਸੀਂ ਅੱਜ ਦੇਖੋ ਉਹ ਕਹਿੰਦੇ ਨੇ ਹਿੰਦੂ 80% ਹਿੰਦੂ ਵੀ ਕਹਿ ਰਿਹਾ ਹੈ ਕਿ ਸਾਨੂੰ 20% ਬੰਦਿਆਂ ਨੂੰ ਖਬਰ ਹੈ ਤੁਹਾਡੀ ਸਟੈਂਡ ਹੈ ਸਪੋਰਟ ਨਾਲ ਸਾਡੇ ਕੋਲ ਬਿਜ਼ਨਸ ਮੈਂਬਰ ਜੋ ਬਣਾ ਤੁਹਾਡੀ ਸਟੈਂਡ ਕੀ ਹੈ ਕੋਈ ਸਟੈਂਡ ਕਿਉਂ ਤੁਹਾਡਾ ਡਾਟਾ ਹੈ ਤੇ ਤੁਹਾਡੇ ਤੋਂ ਡਰਦੇ ਨੇ ਅਸੀਂ ਹਰੇਕ ਦਾ ਜੀ ਹੋ ਜਾਂਦਾ ਹੈ ਇਹ ਆਸ ਨਹੀਂ ਕੀਤਾ ਜੇ ਪ੍ਰਾਣ ਕੀਤਾ ਹੋਵੇ ਤਾਂ ਕੀਤਾ ਤੁਹਾਡੇ ਤੋਂ ਡਰਦੇ ਨੇ ਬਾਪੂ ਤੇਜਾ ਸਿੰਘ ਤੋਂ ਸੁਣੀ ਹੋ ਉਹਨਾਂ ਕਾਰਨ ਨੇ ਬੜੇ ਸੇਖੀ ਸੀ ਉਹ ਬਾਹਰ ਤੋਂ ਕਰੀ ਹੈ ਤੇ ਫਿਰ ਦੂਸਰਾ ਨੂੰ ਕਿਉਂ ਲਾ ਲਿਆ ਗੁਰਪ੍ਰੀਤ ਜੀ ਨੇ ਬਹੁਤ ਸੋਹਣੀ ਗੱਲ ਕੀਤੀ ਸੱਚੇ ਤੇ ਸੁੱਚੇ ਬਾਬਾ ਨਾਨਕ ਜੀ ਬੋਲੇ ਸੱਚ ਸੀ ਬਾਬੇ ਨਾਨਕ ਜੀ ਪ੍ਰੀਤ ਦੇ ਕਰ ਤੇ ਸੱਚੇ ਕਾਰਨ ਸੈਂਟਰ ਤੋਂ ਜੋ ਚਾਹੀਦਾ ਉਹਨਾਂ ਨੂੰ ਪਰਸਨਲ ਉਹ ਮਿਲ ਜਾਂਦਾ ਜੋ ਚਾਹੀਦਾ
ਸਾਰੀਆਂ ਸਰਕਾਰਾਂ ਨੇ ਗੱਲ ਕੀਤੀ ਵੀ ਆਈਐਸ ਦੇ ਨਾਮ ਜਿਹਨਾਂ ਨੇ ਵੀ ਵੈਲਿਊਸ ਕੀ ਕਰਵਾਏ ਨੇ ਤੇ ਸਾਨੂੰ ਰਿਸਪੋਂਡ ਉਦੋਂ ਮੈਂ ਰਿਸਪੋਂਸਿਬਿਲਟੀ ਦੇ ਲਈ ਕਾਨਫਰੰਸ ਸੀ ਪੰਜਾਬੀ ਭਾਸ਼ਾ ਦੇ ਰੋਲ ਉਹਦਾ ਮੈਂ ਕੰਮ ਕਰਦਾ ਦੇ ਲੀਡਰ ਠੀਕ ਹੈ ਉਦੋਂ ਮੈਂ ਪੁੱਛ ਰਿਹਾ ਸੀ ਕਿਉਂ ਕਿ ਜੀ ਭਾਈ ਉਹਨੇ ਜੋਸ਼ੀ ਬੜਾ ਮਤਲਬ ਸਹੀ ਹੈ ਤੇ ਹਮ ਮੰਤਰੀ ਕਿਹਨੇ ਬਣਾਇਆ ਮਤਲਬ ਸਹੀ ਉਸ ਮੰਤਰੀ ਜੀ ਨੂੰ ਸਿਖਾਉਣਾ ਗੱਡੀ ਜੀ ਨੂੰ ਸਿਖਾਉਣਾ ਇਸ ਕਰਕੇ ਤੁਸੀਂ ਦੇਖ ਕੇ ਦਿੰਦਾ ਹੈ ਅੱਜ ਕਿਸੇ ਨੂੰ ਪਤਾ ਹੈ ਵੀ ਉੱਥੇ ਸਿੱਕਮ ਦੇ ਨਿਰਵਾਇਆ ਸੀ ਹਾਰ ਕਾਂਗਰਸ ਸਰਕਾਰ ਉਹਦੇ ਅੱਜ 7-8 ਮਹੀਨੇ ਬਾਅਦ ਹੁਣ ਨੈਟਵਰਕ ਕੀਤੇ ਨਾ ਉਹ ਮੈਨੂੰ ਕਹਿੰਦੇ ਨੇ ਪੋਸਟਾਂ ਭੇਜ ਦੇ ਜਿਹੜੀ ਤੁਸੀਂ ਪਾਈਆਂ ਸੀ ਮੈਂ ਕਹਿੰਦਾ ਤੁਹਾਡੇ ਸਾਰੇ ਭੇਜੀ ਗਈਆਂ ਕੱਲ੍ਹ ਨੌ ਵਜੇ ਮੇਰੇ ਦੁਆਰਾ ਰਹਿਣ ਦੁਬਾਰਾ ਗਈ ਉੱਥੇ ਫਿਰ ਟਾਈਮ ਦਾ ਕੇਸ ਅਸਰ ਚੀਫ ਮਿਨਿਸਟਰ ਤੇ ਔਰ ਮੈਂ ਨੈਸ਼ਨਲ ਡੀਪੀ ਏ ਗਿਆ ਪਿਛਲੇ ਸਾਲ ਇਹੀ ਸਿਕਿਉਰਿਟੀ ਮੈਨ ਐਂਟੀ ਨੈਸ਼ਨਲ ਐਕਟੀਵਿਟੀਜ਼ ਹੈ ਜਿਹੜਾ ਕਹਿੰਦਾ ਕਿ ਸਿੱਕੇ ਬਾਦ ਪਾਰਟ ਆਫ ਦ ਪੇਪਰ ਤੇ ਮੈਂ ਕਹਿੰਦਾ ਤੁਹਾਨੂੰ ਬਚਾਇਆ ਰਹੋਗੇ ਤੇ ਤੁਹਾਡੇ ਇੱਕ ਬੰਦੇ ਨਾਲ ਨਹੀਂ ਕੰਮ ਨਹੀਂ ਕਰ ਸਕਦਾ ਭਾਈ ਕਨੇਰੀਆ ਜੀ ਲੜਾਈ ਦੇ ਵਿੱਚ ਬਹੁਤ ਵੱਡੀ ਗੱਲ ਹੈ ਉਹਨਾਂ ਦੀ ਆਪਣੀ ਆਰਗਨਾਈਜ਼ੇਸ਼ਨ ਹੈ ਸੋ ਆਰਗਨਾਈਜ਼ੇਸ਼ਨ ਜਿਹੜੀਆਂ ਨੇ ਉਹ ਆਪਣਾ ਆਪਣਾ ਯੋਗਦਾਨ ਕਰਨ ਤੇ ਇਹ ਆਸਾ ਕਰ ਲਓ ਕਿ ਕੋਈ ਸਿਆਸਤਦਾਨ ਨੂੰ ਧਰਮ ਦਾ ਪਾਰਾ ਰੱਖ ਬਿਲਕੁਲ ਨਹੀਂ ਕਰਦੇ ਸੰਤ ਨੈਣਾ ਸਿੰਘ ਦੀ ਗੱਲ ਚੱਲੀ ਹੈ ਕਿ ਮੈਨੂੰ ਗੱਲ ਵਿਸ਼ਵਾਸ ਸੀ ਕਿ ਦਸੀ ਉਹਨਾਂ ਨੇ ਕਿਹਾ ਤੁਸੀਂ ਵੀ ਆਪਣੇ ਜਿਹੜੇ ਨੇ ਰਮਨ ਸਿੰਘ ਸਵੇਰੇ ਦੇਖੋ ਪੌਦਾ ਜੀ ਦੇਖੋ ਕਹਿੰਦੇ ਮੈਂ ਉਹ ਹੋ ਗਿਆ ਸੀ ਗੁਨਾਹ ਨੂੰ ਆਸ ਦੇ ਕਹਿੰਦੇ ਮੈਂ ਕਰਨਾ ਤੇ ਮੈਂ ਕਹਿੰਦਾ ਚਲੋ ਕਹਿੰਦਾ ਮੈਂ ਇਸ ਵਾਰ ਪਹਿਲਾਂ ਸਰਕਾਰੀ ਨੌਕਰੀ ਦਾ ਪਰ ਦਰਜਾ ਹੋਈ ਹੈ ਕਹਿੰਦਾ ਮੈਂ ਨਹੀਂ ਤਾਂ ਨਹੀਂ ਗੱਲ ਨਹੀਂ ਹੁੰਦੇ ਨਾਲ ਤਾਂ ਮੈਂ ਕਿਹਾ ਅਸੀਂ ਇਸ ਨੂੰ ਜਾਣ ਰਹੇ ਹਾਂ ਰਮਨ ਸਿੰਘ ਜੈਸਾ ਕਾਮ ਖਤਾ ਹੈ ਸਾਧੂ ਸਿੰਘ ਸਰੀ ਹਾਂ ਯਾਨੀ ਕਿ ਬਾਸ ਕਹਿੰਦਾ ਹੁਣ ਮੈਂ ਮਨ ਚ ਆਈ ਵੀ ਇੱਥੇ ਹੁੰਦਾ ਲੜਕੀ ਇੱਧਰ ਉਹਨਾਂ ਨੇ ਆਪਾਂ ਨੂੰ ਜੋ ਪਹਿਲਾਂ ਆਏ ਨਾਮ ਤੋਂ ਸਿਵਾਦਾ ਕਹਿੰਦਾ ਜੋ ਜੋ ਉਹ ਅੱਗੇ ਵੱਧ ਮੇਰਾ ਦਿੱਲੀ ਤੱਕ ਆਉਂਦੇ ਤੇ ਜਦੋਂ ਮੈਂ ਉਹ ਬਾਬਾ ਦਰਸ ਦੇ ਅਸਥਾਨ ਦੇ ਕੋਲ ਪਹੁੰਚੇ ਉਹਨਾਂ ਨੂੰ ਸਾਰੇ ਬੰਦਿਆਂ ਦੇ ਉੱਤਰ ਤੇ ਨਮਸਕਾਰ ਇੱਜ਼ਤ ਮੇਰੇ ਲਈ ਸ੍ਰੀ ਪਰਮਾਤਮਾ ਸਾਹਿਬ ਇੱਕ ਫੀਲਿੰਗ ਇੱਕ ਸਾਹ ਜਦੋਂ ਤੁਸੀਂ ਉੱਠ ਕੇ ਬੈਠੋ 49 ਨੂੰ ਮੈਂ ਕੋਈ ਕੀ ਨਹੀਂ ਬਣਾ ਸਕਦਾ ਇਸ ਦਾ ਬੈਠੇ ਸੀ ਪੂਰੇ ਸੀਨਸ ਆਫ ਪਾਰਟੀ ਨੂੰ ਜਿਹੜੇ ਸੀ ਵੀ ਜਿਹੜੇ ਦਾ ਮੇ ਕੁਆਲਿਟੀ ਸੀ ਨਹੀਂ ਹੈ ਉਹ ਵੀ ਪਾਰਟੀ ਦੇ ਗਏ ਨਹੀਂ ਉਹ ਗੁਰੂ ਕੀ ਨਹੀਂ ਹੁੰਦੀ ਹੈ ਤਾਂ ਕਰ ਕਰ ਉਹ ਇੰਤਰਾ ਦਾ ਮੈਂ ਨਹੀਂ ਸੀ ਇਹ ਆਪਣਾ ਸਾਹ ਬੜਾ ਸਾਹ ਦੇ ਨੂੰ ਸਾਰੇ ਦਿਨ ਦਾ ਸਭ ਬੈਠੇ ਅਸੀਂ ਬੈਠੇ ਸੀ
ਤੇ ਮੈਂ ਹਿੰਸੀ ਸੁਣੀ ਹੋ ਗਿਆ ਸੀ ਜਿੱਥੇ ਤੱਕ ਇਹ ਪੁਆਇੰਟ ਬਣ ਸਕੀ ਮੈਂ ਵਟਸਐਪ ਵਿੱਚ ਸ਼ੇਅਰ ਕਰਨਾ ਚਾਹੁੰਦਾ ਔਰ ਅਸੀਂ ਨੇ ਜਦੋਂ ਆਪਣੇ ਬਾਪ ਨੂੰ ਪਿਆਰ ਕਰਕੇ ਅੱਜ ਹੁਣ ਰਾਜਾ ਕੇਅਰ ਕਰਦਾ ਕਿ ਕਾਲ ਨੇ ਕੌਣ ਸਭ ਨੇ ਰਿਫਿਊਜ਼ ਕਰਤਾ ਵੀ ਰਾਜਾ ਜਦੋਂ ਸੁਣਦਾ ਨਾ ਦੂਜਾ ਬੇਟਾ ਬਣ ਜਾਂਦਾ ਹੁਣ ਤਾਜ ਉਸ ਜਦੋਂ ਕਾਲੀ ਕੀ ਕਰਦਾ ਉਹਨਾਂ ਦੇ ਜਿਹੜਾ ਰਾਜਾ ਪ੍ਰਮਾਣ ਨਹੀਂ ਹੁੰਦਾ ਉਹਨੇ ਕਾਲ ਸਿਖਾਉਂਦਾ
ਸੱਤਰ ਪਤਾਵਾਂ ਜਿਹੜੀਆਂ ਪੁਰਾਣੀਆਂ ਬਹੁਤ ਅੱਛੀਆਂ ਨੇ ਉਹੀ ਪਿੰਡੀ ਨਹੀਂ ਉਹ ਜਿਹੜਾ ਮਹਾਮਨ ਉਹ ਚੇਅਰਮੈਨ ਤਰਪਜਾ ਨਹੀਂ ਕੀਤਾ ਉਹ ਪੁਰਾਣੇ ਪੈਕਟ ਸਮਾਨ ਜਿੰਨੀਆਂ ਪੁਰਾਣੀਆਂ ਕਿਉਂ ਉਹ ਬੰਦੇ ਸਟੱਡੀ ਕਰ
ਸਿਧਾਂਤ ਦੇ ਸਾਥੀਆਂ ਨੂੰ ਬਹੁਤ ਫਰਕ ਸਿਧਾਂਤ ਹੈ ਜਿਹੜੀ ਕਦੇ ਚੌਦਾਂ ਦੀ ਚੌਸੀ ਨੂੰ ਡੀਲ ਕਰਨੀ ਸਾਥੀਆਂ ਨੇ ਜਿਹੜੇ ਉਹ ਕਦੇ ਕਿਸਤੀ ਨੂੰ ਡੀਲ ਕਰਨੀ ਦੋਵੇਂ ਪਤਾ ਨਹੀਂ ਸੀ ਕਰਨਾ ਸਾਡੇ ਲਈ ਮੇਰੀ ਇੱਕੋ ਬੇਨਤੀ ਹੈ ਕਿ ਜਿੰਨਾ ਚਿਕਰ ਸਿੱਖ ਆਪਣੇ ਆਪ ਨੂੰ ਜੋ ਸਿਸਟਮ ਗੁਰੂ ਨੇ ਚਲਾਇਆ ਸੀ ਕਿਉਂਕਿ ਪਾਰ ਬੇੜਾ ਹੋਣੇ ਨਾ ਅਸੀਂ ਉਦੋਂ ਇਸ ਵਾਰ ਵਿੱਚ ਗੁਰਦੁਆਰਾ ਬਾਬਾ ਸਾਹਿਬ ਉਹਨਾਂ ਦੇ ਨਾਲ ਲਗਾਤਾਰ ਬਹੁਤ ਮੁਸ਼ਕਲਾਂ ਹੁੰਦੀਆਂ ਨੇ ਪੰਥ ਦਰਜੇ ਇਹਨਾਂ ਮੀਟਿੰਗਾਂ ਵਿੱਚ ਸ਼ਾਮਿਲ ਹੋ ਰਿਹਾ ਹੈ ਕਾਫੀ ਕੋਸ਼ਿਸ਼ ਕਰੀ ਰਹੀ ਹੈ ਕਿ ਕੋਈ ਪੰਥ ਦੀ ਬਿਗੜੀ ਨੂੰ ਸੰਭਾਲ ਲਿਆ ਜਾਵੇ ਅਤੇ ਉਹਦਾ ਕੋਈ ਨਾ ਕੋਈ ਹੱਲ ਕੱਢ ਲਿਆ ਜਾਵੇ ਮੀਟਿੰਗਾਂ ਦਾ ਮੀਟਿੰਗਾਂ ਚੱਲਦੀਆਂ ਰਹਿੰਦੀਆਂ ਨੇ ਸਮਾਂ ਵੀ ਬਹੁਤ ਮਿਲੀ ਗਿਆ ਮਜ਼ਬੂਰੀ ਦੇ ਨਾਲ ਹਾਲਾਤਾਂ ਨੂੰ ਦੇਖਦੇ ਹੋਏ ਆਰਾਮ ਨਾਲ ਫਿਰ ਬੈਠ ਜਾਏਗਾ ਮੈਂ ਇਹ ਚਾਹੁੰਦਾ ਕਿ ਆਪਾਂ ਕਿਸੇ ਲੀਡਰ ਦੀ ਉਡੀਕ ਨਾ ਕਰੀਏ ਕਿਸੇ ਵੱਡੇ ਚਿਹਰੇ ਵਾਲੇ ਦੀ ਉਡੀਕ ਨਾ ਕਰੀਏ ਆਪਾਂ ਜਿਹੜੇ ਪੰਥ ਦਰ ਜਿਹੜੇ ਵੀ ਬੈਠਦੇ ਹਾਂ ਜਿਹਨਾਂ ਦੇ ਮਨ ਵਿੱਚ ਸੱਚਮੁੱਚ ਪੰਥ ਦਾ ਡਰ ਹੈ ਬੈਠ ਕੇ ਕੋਈ ਇੱਕ ਰਸਤਾ ਲੱਭੀਏ ਅਤੇ ਕੋਈ ਜਥੇਬੰਦੀ ਦਾ ਨਾਂ ਅਨਾਊਂਸ ਕਰਕੇ ਉਹਦੇ 'ਤੇ ਕੰਮ ਕਰਨਾ ਸ਼ੁਰੂ ਕਰ ਦਈਏ ਮੈਨੂੰ ਇੰਨੀ ਉਮੀਦ ਆ ਕਿ ਅੱਜ ਜਿਹੜਾ ਸਮਾਜ ਆ ਜਿੰਨੇ ਵੀ ਅਸੀਂ ਲੋਕਾਂ ਵਿੱਚ ਵਿਚਰਦੇ ਹਾਂ ਦੇਖਦੇ ਹਾਂ ਪਬਲਿਕ 'ਚ ਜਾਂਦੇ ਹਾਂ ਗਰਾਊਂਡ ਲੈਵਲ ਦੇ ਉੱਤੇ ਸਾਰੇ ਲੋਕ ਇਸ ਗੱਲ ਦੀ ਉਡੀਕ ਕਰਦੇ ਨੇ ਕਿ ਕੋਈ ਪੰਥ ਦਰ ਵੀ ਉੱਠੇ ਅਤੇ ਸਾਡੀ ਗੇੜੀ ਨੂੰ ਕਿਸੇ ਪਾਸੇ ਲਾ ਦੇ ਸਾਰੇ ਦੀ ਉਡੀਕ ਕਰਦੇ ਆ ਅਤੇ ਮੈਨੂੰ ਪੂਰਨ ਵਿਸ਼ਵਾਸ ਆ ਕਿ ਜੇ ਕੁਛ ਇਹੋ ਜਿਹੇ ਬੰਦੇ ਅੱਜ ਅਸੀਂ ਅਨਾਊਂਸ ਕਰ ਦਿੰਦੇ ਹਾਂ ਜਿਹੜੇ ਇਹ ਕਹਿਣ ਕਿ ਜੋ ਪਿੱਛੇ ਬੀਤ ਗਿਆ ਬੀਤ ਗਿਆ ਮੇਰਾ ਅੱਜ ਤੋਂ ਬਾਅਦ ਦਾ ਸਮੁੱਚਾ ਜੀਵਨ ਪੰਥ ਲਈ ਸਿਰਫ ਪੰਥ ਲਈ ਹੋਊਗਾ ਉਹਨਾਂ ਬੰਦਿਆਂ ਦੇ ਪਿੱਛੇ ਬੜੇ ਆਰਾਮ ਦੇ ਨਾਲ ਲੋਕ ਤੁਰ ਪੈਣਗੇ ਅਤੇ ਆਪਾਂ ਕਿਸੇ ਕਿਨਾਰੇ ਇਸ ਪੰਥ ਨੂੰ ਲਿਜਾ ਸਕਾਂਗੇ ਇਸ ਕਰਕੇ ਮੈਨੂੰ ਇਹ ਉਮੀਦ ਆ ਕਿ ਜ਼ਰੂਰ ਆਪਾਂ ਰਸਤਾ ਅੱਜ ਕੱਢ ਲਈਏ ਮੈਂ ਕੱਲ੍ਹ ਥੋੜ੍ਹਾ ਜਿਹਾ ਕਿਤੇ ਸੁਣਦਾ ਸੀ 1745 ਦੇ ਅੰਦਰ ਹੀ ਅਕਾਲ ਤਖ਼ਤ ਸਾਹਿਬ 'ਤੇ ਇੱਕ ਇਕੱਠ ਹੋਇਆ ਸੀ ਡੇਟ ਇੱਕ ਦੂਜੇ ਹੋ ਸਕਦੀ ਹੈ 2 ਸਾਲ ਦਾ ਹਰ ਉਸ ਵੇਲੇ ਵੀ 30 ਜੱਥੇ ਬਣਾਏ ਗਏ ਸੀਗੇ ਅਕਾਲ ਤਖ਼ਤ ਨੂੰ ਹਰੇਕ ਜੱਥੇ ਕੋਲ 100-100 ਮੈਂਬਰ ਸੀ ਪਰ ਉਹ ਜਿਹੜੇ ਜੱਥੇਦਾਰ ਬਣਾਏ ਗਏ ਸੀ ਉਹਨਾਂ ਦੀਆਂ ਕੁਛ ਸ਼ਰਤਾਂ ਸੀਗੀਆਂ ਜਿਹੜੀਆਂ ਅੱਜ ਆਪਾਂ ਪੂਰੀਆਂ ਨਹੀਂ ਕਰ ਸਕਦੇ ਉਹਨਾਂ ਵਿੱਚ ਘੋੜ ਸਵਾਰੀ ਸ਼ਸਤਰ ਵਿੱਦਿਆ ਉਹ ਤਾਂ ਅੱਜ ਆਪਾਂ ਨਹੀਂ ਕਹਿੰਦੇ ਪਰ ਇੱਕ ਜਿਹੜੀ ਮੇਨ ਸ਼ਰਤ ਸੀ ਕਿ ਪੰਥ ਲਈ ਸਮਰਪਿਤ ਹੋਵੇ ਬੰਦਾ ਗੁਰਬਾਣੀ ਨੂੰ ਪੜ੍ਹਦਾ ਹੋਵੇ ਨਿਤਨੇਮ ਵੀ ਹੋਵੇ ਅਤੇ ਆਪਣਾ ਜੀਵਨ ਪੰਥ ਲਈ ਲੇਖੇ ਲਾਉਣ ਵਾਲਾ ਹੋਵੇ ਇਹ ਸ਼ਰਤ ਅੱਜ ਆਪਾਂ ਪੂਰੀ ਕਰ ਹੀ ਸਕਦੇ ਜੇ ਘੋੜ ਸਵਾਰੀ ਨਹੀਂ ਕਰ ਸਕਦੇ ਜਾਂ ਸ਼ਸਤਰ ਵਿੱਦਿਆ ਅਸਰਤ ਨਹੀਂ ਸਿੱਖ ਸਕਦੇ ਇਹਨਾਂ ਨੂੰ ਆਪਾਂ ਕਰ ਹੀ ਸਕਦੇ ਤਾਂ ਮੈਂ ਅੱਜ ਦੇ ਜਿਹੜੇ ਇੱਥੇ ਉੱਘੇ ਵਿਦਵਾਨ ਬੈਠੇ ਨੇ ਅਤੇ ਪੰਥ ਦੇ ਪੂਰੇ ਰਾਜ ਰਾਜ ਨੂੰ ਜਾਣਨ ਵਾਲੇ ਨੇ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਆਪਣੇ ਵਾਲੂ ਦੇ ਵਿਚਾਰ ਵਿੱਚ ਰੱਖਣ ਅਤੇ ਇਸ ਤਰ੍ਹਾਂ ਦੀ ਅਗਰ ਤੱਕ ਰੂਪਰੇਖਾ ਤਿਆਰ ਕਰ ਸਕੀਏ ਦੱਸ ਸਕੀਏ ਵੀ ਹਾਂ ਅਸੀਂ ਕੁਛ ਕੀਤਾ ਵਾ ਗੁਪਤ ਮੀਟਿੰਗਾਂ ਦਾ ਦੌਰ ਨੂੰ ਬੰਦ ਕਰਿਆ ਜਾਵੇ ਅੱਗੇ ਤੋਂ ਹੋਰ ਜ਼ਿਆਦਾ ਨਾ ਕੀਤੀਆਂ ਜਾਣ ਮੈਂ ਗਿੱਲ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਆਪਣੇ ਇਸ ਰੂਪਰੇਖਾ ਦੇ ਵਿੱਚ ਪੰਥ ਦੀ ਜਿਹੜੀ ਆਪਾਂ ਪਿੱਛੇ ਦਿਸ਼ਾ ਅਤੇ ਦਸ਼ਾ ਦੀ ਗੱਲ ਕੀਤੀ ਸੀ ਦਿਸ਼ਾ ਤਾਂ ਆਪਾਂ ਨੂੰ ਪਤਾ ਹੀ ਆ ਅਤੇ ਕੋਈ ਨਾ ਕੋਈ ਹੱਲ ਕੱਢੀਏ ਉਹਦੇ ਵਾਸਤੇ ਡਾਕਟਰ ਗਿੱਲ ਸਾਹਿਬ ਜੇ ਤੂੰ ਕਲਿਆਣ ਕਰਨਾ ਤਾਂ ਉਹ ਅੰਮ੍ਰਿਤਸਰ ਦਰਬਾਰ
ਇਹਨੇ ਆਰਮੀ ਜਾਂ ਇਹਨੇ ਸਿੱਖ ਸੰਗਤ ਆਪਣੇ ਆਪ ਇਕੱਠੀ ਹੋਈ ਹੈ। ਬਹੁਤਾ ਸਰਪੰਚ ਖਾਲਸਾ ਦਾ ਇਤਿਹਾਸਕ ਤੌਰ ਤੇ ਇਹ ਗੱਲ ਸੀ ਕਿ ਜਿਹੜੇ ਸੰਘਰਸ਼ ਦੇ ਵਿੱਚ ਸੀ ਸਹਿਬਾਨ ਸਨ, ਜਿਹਨਾਂ ਕੋਲ ਕੋਈ ਤਾਕਤ ਵੀ ਨਹੀਂ ਸੀ, ਉਹ ਬੈਠ ਕੇ ਰਾਜ ਦੇ ਫੈਸਲੇ ਕਰਦੇ ਸੀ ਤੌਹਫੇ ਤੇ ਹੁਣ ਜਿਹਨਾਂ ਨੇ ਜਿਹੜੇ ਪਿਛਲੀਆਂ ਦਿੱਤੀਆਂ ਜਾਂਦੀਆਂ ਨੇ ਕਹਿੰਦੇ ਇਹ
Mulțumesc, și am zis, de câte ori să faci